ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਦਾਂ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਅੱਜ ਦਿਨ ਹੈ ਮੰਗਲਵਾਰ ਅਤੇ ਤਰੀਕ ਹੈ 24 ਸਤੰਬਰ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪੁੱਜਦਾ ਕੀਤਾ ਜਾਂਦਾ। ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਕੋਆਪ ਟਰੱਕ ਐਂਡ ਹੈਵੀ ਇਕੁਇਪਮੈਂਟ ਰਿਪੇਅਰ ਵੱਲੋਂ, ਜਿਹੜੇ ਸਪੈਸ਼ਲਾਈਜ਼ ਨੇ ਜੀ ਸਟੇਅਰਿੰਗ ਟਰੱਕਾਂ ਦੇ ਫਰੇਮ, ਡਰਾਈਵ ਐਕਸਲ, ਸਟੇਅਰਿੰਗ ਐਕਸਲ, ਡੰਪ ਟ੍ਰੇਲਰ ਬਾਕਸ ਨੂੰ ਨਵੀਂ ਟੈਕਨੀਕ ਨਾਲ ਸਿੱਧਾ ਕਰਨ ਦੇ, ਸਟਰਕਚਰ ਸੇਫਟੀ ਵੀ ਕਰਦੇ ਨੇ। 7405 ਕਿੰਬਲ ਸਟਰੀਟ, ਮਿਸੀਸਾਗਾ, ਇੰਟੀਰੀਓ ਦੇ ਵਿੱਚ, ਅਤੇ ਦੂਜੀ ਲੋਕੇਸ਼ਨ ਹੈ 36 ਪਾਇਰਨੀ ਡਰਾਈਵ ਐਰਨ ਇੰਟੀਰੀਓ 'ਚ। 9056713647 'ਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੇ ਅਕਾਊਂਟਸ ਟੈਕਸਿਸ ਦੇ ਲਈ, ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨੂੰ 2535200888 'ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਓਨਰ ਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜੀ। ਜਗਦੇਵ ਸੰਧੂ ਹੋਰਾਂ ਨੂੰ 2535200888 ਧਾਲੀਵਾਲ ਹੋਰਾਂ ਨੂੰ 2063544060 'ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਜੁੜ ਚੁੱਕੇ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ। ਹਰੀ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਢਿੱਲੋਂ ਸਾਹਿਬ ਮੰਤਰੀ ਨਵੇਂ ਬਣ ਚੁੱਕੇ ਨੇ ਜੀ, ਜੀ ਕੋਈ ਭਾਵੁਕ ਹੋ ਕੇ ਅੱਖਾਂ ਚੋਂ ਹੰਝੂ ਕੱਢ ਰਿਹਾ ਵੀ ਬਹੁਤ ਵੱਡੀ ਪ੍ਰਾਪਤੀ ਹੋ ਗਈ? ਤੁਹਾਨੂੰ ਪਤਾ ਝੰਡੀ ਲੱਗਣੀ ਵੀ ਬਹੁਤ ਵੱਡੀ ਗੱਲ ਹੁੰਦੀ ਹੈ, ਤੇ ਜੀ ਕੋਈ ਘਰਾਂ ਨੂੰ ਤੁਰਿਆ ਜਾਂਦਾ ਮਹਿਸੂਸਾ ਜਿਹਾ ਹੋ ਕੇ, ਪੈਰੀ ਠੇਡੇ ਜੇ ਵੱਜਦੇ ਜਾਂਦੇ ਨੇ, ਪਤਾ ਹੀ ਨਹੀਂ ਲੱਗਿਆ ਵੀ ਆਹ ਵੀ ਕੁਛ ਹੋ ਜਾਂਦਾ ਹੁੰਦਾ। ਇਹ ਪੁਨਰਗਠਨ ਜਿਹੜਾ ਹੈ ਅਸਲ ਦੇ ਵਿੱਚ ਦਰਸਾਉਂਦਾ ਕੀ ਹੈ? ਦੇਖੋ, ਗੱਲ ਇਹ ਹੈ ਵੀ ਪੁਨਰਗਠਨ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਹੈ ਜੀ। ਤੁਸੀਂ ਫਰਮਾਇਆ ਜਿਵੇਂ ਕਿ ਕੁਝ ਲੋਕਾਂ ਦੇ ਜਜ਼ਬਾਤ ਵੱਡਾ ਉਹਦਾ ਮਿਲ ਜੇ ਤੇ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਹੈ ਜੀ, ਖੁਸ਼ੀ ਦੇ ਹੰਝੂ ਕਹਿੰਦੇ ਹਾਂ ਆਪਾਂ, ਹਾਂਜੀ, ਉਹ ਆਪਦੀ ਥਾਂ ਤੇ ਹੈ ਤੇ ਕੁਝ ਲੋਕਾਂ ਦੇ ਸੱਚੀ ਮੱਚੀ ਅਥਰੂ ਨਿਕਲਦੇ ਆ ਜਿਹੜੇ ਰੋਣ ਵਾਲੇ ਹੈ ਜੀ। ਪਤਾ ਲੱਗਿਆ ਕਿ ਕਈਆਂ ਨੇ ਕੋਸ਼ਿਸ਼ ਬਹੁਤ ਕੀਤੀ ਲਾਸਟ ਮੂਮੈਂਟ ਤੱਕ ਕਿ ਮੇਰਾ ਨਾਂ ਨਾ ਕੱਟਿਆ ਜਾਵੇ, ਪਰ ਕਹਿੰਦੇ ਗੱਲ ਬਣੀ ਨੀ, ਨਾ ਕੱਟਿਆ ਹੀ ਜਾਣਾ ਸੀ ਜੀ, ਕਿਉਂਕਿ ਨੇਕਨਾਮੀ ਨਾਲੋਂ ਉਹਨਾਂ ਨੇ ਕਹਿੰਦੇ ਬਦਨਾਮੀ ਬਹੁਤ ਜ਼ਿਆਦਾ ਖੱਟੀ ਹੋਈ ਸੀ ਜੀ, ਇਸ ਕਰਕੇ ਉਹਨਾਂ ਦੀ ਕਟਾ ਕਟਾਈ ਹੋ ਗਈ। ਹਾਂਜੀ, ਹੁਣ ਸਵਾਲ ਇਹ ਹੈ ਕਿ ਕਈ ਸਾਰੇ ਬੰਦੇ ਉਹ ਹੈ ਜਿਹਨਾਂ ਦੇ ਖਿਲਾਫ਼ ਬੜੇ ਗੰਭੀਰ ਇਲਜ਼ਾਮ ਸੀ ਜੀ, ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਹੈ। ਅੱਛਾ ਜੀ, ਇਹਦੀ ਘੁਸਰ ਮੁਸਰ ਵੀ ਅੰਦਰ ਅੰਦਰ ਹੋਣੀ ਸ਼ੁਰੂ ਹੋ ਗਈ ਹੈ ਜੀ। ਔਰ ਇਹ ਜੇ ਹੁਣ ਆਪਾਂ ਗੱਲ ਕਰੀਏ ਤਾਂ ਸਾਡੇ ਲੋਕ ਸੰਪਰਕ ਵਿਭਾਗ ਦੇ ਦਿੱਤਾ ਹੈ ਹਰਜੋਤ ਸਿੰਘ ਬੈਂਸ ਹੋਰਾਂ ਨੂੰ ਜੀ, ਪਰ ਹਰਜੋਤ ਸਿੰਘ ਬੈਂਸ ਹੋਰਾਂ ਨੂੰ ਜਿਹੜਾ ਲੋਕ ਸੰਪਰਕ ਵਿਭਾਗ ਦਿੱਤਾ ਹੈ ਉਦੋਂ ਦਿੱਤਾ ਹੈ ਜਦੋਂ ਉਹਨਾਂ ਦੇ ਖਿਲਾਫ਼ ਵਕਾਇਦਾ ਚਾਰਜਿਜ ਲੱਗੇ, ਦੋਸ਼ ਲਾਏ ਕਿਸੇ ਨੇ ਜੀ, ਔਰ ਉਹਨਾਂ ਦੋਸ਼ਾਂ ਦੇ ਆਧਾਰ ਦੇ ਉੱਤੇ ਡੀਜੀਪੀ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਵੀ ਕੀਤਾ ਹੈ ਜੀ। ਇਲਜ਼ਾਮ ਉਹਨਾਂ ਤੇ ਲਾਏ ਕਿ ਉੱਥੇ ਇੱਕ ਕਾਲ ਸੈਂਟਰ ਖੁੱਲਿਆ ਹੋਇਆ ਸੀ ਜਿਹੜਾ ਨੰਗਲ ਹਲਕੇ ਨਾਲ ਸੰਬੰਧਿਤ ਸੀ, ਜਿਹੜੇ ਲੋਕ ਉਹਨੂੰ ਚਲਾਉਣ ਵਾਲੇ, ਔਰ ਉਹ ਬੜੇ ਨੇੜੇ ਸੀ ਹਰਜੋਤ ਸਿੰਘ ਬੈਂਸ ਹੋਣਾ ਦੇ ਜੀ, ਤੇ ਉਹਨਾਂ ਦੇ ਰੇਡ ਕੀਤੀ ਇੱਕ ਇੰਸਪੈਕਟਰ ਨੇ, SHO ਨੇ, ਜਿਹਨੂੰ ਆਪਾਂ SHO ਕਹਿ ਸਕਦੇ ਹਾਂ ਜੀ, ਉਸ ਵੇਲੇ ਦੀ ਨੇ, ਉਹਦਾ ਨਾਂ ਸੀ ਅਮਨਜੋਤ ਕੌਰ, ਉਹ ਸਾਈਬਰ ਕ੍ਰਾਈਮ ਥਾਣੇ ਦੀ SHO ਸੀ ਜੀ। ਉਹ ਕਹਿੰਦੀ ਵੀ ਉਸ ਮਾਮਲੇ ਦੇ ਵਿੱਚ ਪਹਿਲਾਂ ਮੈਨੂੰ ਕੁਛ ਹਦਾਇਤਾਂ ਆਈਆਂ, ਜਦੋਂ ਮੈਂ ਹਦਾਇਤਾਂ ਨੂੰ ਗੁਜ਼ਰ ਕਰ ਦਿੱਤਾ ਤਾਂ ਫਿਰ ਨਾਲ ਦੀ ਨਾਲ ਹੀ ਕਹਿੰਦੇ ਵੀ ਮੇਰੇ ਕੋਲੋਂ ਜਾਂਚ ਤਬਦੀਲ ਕਰ ਦਿੱਤੀ ਜੀ, SIT ਬਣਾ ਦਿੱਤੀ, ਤੇ SIT ਜਿਹੜੀ ਬਣਾਈ ਗਈ ਆ ਕੋਈ ਹੋਰ ਨਹੀਂ ਸੀ, ਉਹਦੀ ਹੈੱਡ ਜੀ ਉਹ ਸਰਦਾਰ ਹਰਜੋਤ ਸਿੰਘ ਬੈਂਸ ਦੀ ਵਾਈਫ ਸੀ
ਉਹਨੂੰ ਬਣਾ ਦਿੱਤਾ। ਔਰ ਇਸ ਕੁੜੀ ਨੇ ਅਮਨਜੋਤ ਕੌਰ ਨੇ, ਹਾਲਾਂਕਿ ਇਲਜ਼ਾਮ ਉਹਦੇ ਖਿਲਾਫ਼ ਵੀ ਕਾਫ਼ੀ ਜ਼ਿਆਦਾ ਹੈ, ਆਪਾਂ ਉਹਨੂੰ ਵੀ ਨਹੀਂ ਕਹਿ ਸਕਦੇ ਕਿ ਉਹ ਦੁੱਧ ਧੋਤੀ ਹੈ। ਸਾਡੇ ਸਮਕਾਲੀ ਮਿੱਤਰ ਜਿਹੜੇ ਹੈਗੇ ਹੈ, ਪੱਤਰਕਾਰ ਰਜਿੰਦਰ ਸਿੰਘ ਤੱਗੜ, ਉਹਨਾਂ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਹੈ, ਉਸ ਐਫ ਆਈ ਆਰ ਦਰਜ ਕਰਾਉਣ ਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਨਾਲ, ਉਹਨਾਂ ਦੇ ਮੱਕੜ ਸਾਹਿਬ ਤੱਗੜ ਸਾਹਿਬ ਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਜ਼ਮਾਨਤ ਮਿਲ ਗਈ ਹੈ, ਉਹਨਾਂ ਦੇ ਖਿਲਾਫ਼ ਸਾਰੇ ਵਰਗੇ ਇਲਜ਼ਾਮ ਵੀ ਲੱਗੇ ਸੀ ਕਿ ਪਰਚੇ ਜਿਹੜੇ ਹੋਏ ਕਿ ਇਹ ਵੀ ਕੋਂਸਪਰੇਸੀ ਸੀ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਦੋਸ਼ ਲਾਉਣ ਵਾਲਾ ਜੋ ਧੋਤਾ ਹੈ ਉਹਦੇ ਵਿੱਚ ਕੋਈ ਗੜਬੜ ਹੋ ਸਕਦੀ ਹੈ ਜੀ। ਪਰ ਸਵਾਲ ਇਹ ਹੈ ਕਿ ਜਦੋਂ ਦੋਸ਼ ਲੱਗਣ ਦੇ ਬਾਵਜੂਦ ਵੀ ਐਸ ਆਈ ਟੀ ਬਣ ਜਾਵੇ, ਖਜ਼ਾਨੇ ਵਾਲੀਆਂ ਸਭ ਸੋਚਣਾ ਤਾਂ ਪੈਂਦਾ ਨਾ ਵੀ ਇੱਕ ਨੂੰ ਤਰੱਕੀ ਜੀ, ਤੇ ਦੂਜੇ ਪਾਸੇ ਇੱਕ ਬੀਬੀ ਸਾਡੀ ਜਿਹੜੀ ਹੈਗੀ ਹੈ ਅਨਮੋਲ ਗਗਨ ਮਾਨ ਜੀ, ਕਹਿੰਦੇ ਜੀ ਉਹਦੇ ਖਿਲਾਫ਼ ਇਲਜ਼ਾਮ ਕਾਫ਼ੀ ਸੀ, ਤੇ ਫਿਰ ਉਹਦੀ ਛੁੱਟੀ ਕਿਉਂ ਕਰਤੀ ਜੀ? ਇਹ ਗੱਲ ਵੀ ਹੈ। ਫਿਰ ਗੱਲ ਹੈ ਕਿ ਕਈ ਸੀਨੀਅਰ ਜਿਹੜੇ ਹੈਗੇ ਐਮ ਐਲ ਏ, ਜਿਹੜੇ ਦੋ ਦੋ ਵਾਰ ਦੇ ਐਮ ਐਲ ਏ ਹੈ, ਉਹਨਾਂ ਦੀ ਨਜ਼ਰਅੰਦਾਜ਼ ਕੀ ਇਹਦੇ 'ਚੋਂ ਜੀ? ਔਰ ਉਹਨਾਂ ਨੇ, ਮੈਂ ਨਹੀਂ ਕਹਿੰਦਾ ਬਾਈਕਾਟ ਕੀਤਾ, ਲੇਕਿਨ ਉਹ ਸਹੁੰ ਚੁੱਕ ਸਮਾਗਮ ਦੇ ਵਿੱਚ ਹਾਜ਼ਰ ਨਹੀਂ ਸੀ ਜੀ। ਜੇ ਉਹਨਾਂ 'ਚ ਦੇਖੀਏ ਕੌਣ, ਪ੍ਰੋਫੈਸਰ ਬਲਜਿੰਦਰ ਕੌਰ ਜਿਹੜੀ ਚੀਫ਼ ਵਿਪ ਹੈ, ਜਿਹੜੀ ਦੋ ਵਾਰ ਐਮ ਐਲ ਏ ਬਣ ਚੁੱਕੀ ਹੈ ਜੀ, ਜਿਹੜੀ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਵੀ ਉਹਦੀ ਇੱਜ਼ਤ ਮਾਨ ਸਤਿਕਾਰ ਹੈਗਾ, ਹਾਈ ਕਮਾਂਡ ਵੀ ਉਹਦੀ ਜਿਹੜੀ ਸਰਵਿਸ ਹੈ ਉਹਨੂੰ ਐਪਰੀਸ਼ੀਏਟ ਕਰਦੀ ਹੈ ਜੀ। ਦੂਜੇ ਹੈਗੇ ਪ੍ਰਿੰਸੀਪਲ ਬੁੱਧਰਾਮ ਜੀ, ਪ੍ਰਿੰਸੀਪਲ ਬੁੱਧਰਾਮ ਵੀ ਦੋ ਵਾਰ ਦੇ ਐਮ ਐਲ ਏ ਹੈ ਜੀ, ਕਾਰਜਕਾਰੀ ਪ੍ਰਧਾਨ ਹੈ, ਔਰ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਦੇਖੀਏ ਤਾਂ ਉਹ ਕਈਆਂ ਦੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਹੈ ਜੀ। ਕਈ ਤਾਂ ਮੇਰੇ ਵਰਗੇ 10ਵੀਂ ਪੜ੍ਹੇ, ਕੋਈ 12ਵੀਂ ਪੜ੍ਹੇ, ਕੋਈ 14ਵੀਂ ਵਾਲੇ ਤਾਂ ਇੱਕ ਦੋ ਕੀ ਹੋਣਗੇ, ਤੋ ਬੰਦੇ ਨੇ ਤਾਂ ਕਹਿੰਦੇ ਐਮ ਏ ਹੀ ਪੰਜ ਕੀਤੀਆਂ ਵੀ ਹੈ ਬੱਲੇ, ਉਹਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ। ਬੀਬੀ ਸਰਬਜੀਤ ਕੌਰ ਮਾਣੂਕੇ ਜੀ, ਉਹ ਵੀ ਦੋ ਵਾਰ ਦੀ ਐਮ ਐਲ ਏ ਹੈ, ਨਜ਼ਰਅੰਦਾਜ਼ ਉਹ ਵੀ ਹੋਈ ਹੈ, ਪਰ ਕਿਉਂਕਿ ਉਹਦੇ ਖਿਲਾਫ਼ ਇਲਜ਼ਾਮ ਕਾਫ਼ੀ ਹੈ, ਇਸ ਕਰਕੇ ਕਹਿੰਦੇ ਜੀ ਉਹ ਜਿਹੜੀ ਹੈਗੀ ਹੈ ਐਸ ਆਈ ਟੀ ਆਪਣੇ ਐਨ ਆਈ ਆਰ ਦੀ ਐਨ ਆਰ ਆਈ ਦੀ ਕੋਠੀ ਦੇ ਉੱਤੇ ਕਬਜ਼ੇ ਕੁਬਜ਼ੇ ਦੀ ਗੱਲ ਹੈ। ਬਿਲਕੁਲ, ਸਵਾਲ ਇਹ ਪੈਦਾ ਹੁੰਦਾ ਕਿ ਜੇ ਕਿਸੇ ਨੇ ਕਬਜ਼ਾ ਕੀਤਾ, ਕਿਸੇ ਨੇ ਗੁਨਾਹ ਕੀਤਾ, ਉਹਨੂੰ ਸਜ਼ਾ ਦਿਓ, ਉਹਦੇ ਖਿਲਾਫ਼ ਐਫ ਆਈ ਆਰ ਦਰਜ ਕਰੋ, ਪਰਚਾ ਦਰਜ ਕਰੋ ਜੀ। ਸਿਰਫ ਉਹਨੂੰ ਇਹ ਕਹਿਣਾ ਕਿ ਇਹਨੂੰ ਕੱਢਤਾ ਅਸੀਂ ਜਾਂ ਇਹਨੂੰ ਅਸੀਂ ਨਹੀਂ ਦਿੰਦੇ, ਇਹ ਤਾਂ ਇੱਕ ਵੱਖਰੀ ਗੱਲ ਹੈ ਨਾ, ਜਿਹੜਾ ਕੰਮ ਕਰਨਾ ਚਾਹੀਦਾ ਉਹ ਕਿਉਂ ਨਹੀਂ ਕੀਤਾ, ਕਾਨੂੰਨ ਜਿਹੜੇ ਡਿਮਾਂਡ ਕਰਦਾ ਉਹਦੇ ਮੁਤਾਬਕ ਗੱਲ ਕਰਨੀ ਚਾਹੀਦੀ। ਹਾਂਜੀ ਹਾਂਜੀ। ਵੈਸੇ ਹੁਣ ਲੱਗਿਆ ਪਤਾ, ਕਹਿੰਦੇ ਵੀ ਥੋੜ੍ਹਾ ਜਿਹਾ ਅਕਸ ਸੁਧਾਰਨ ਵਾਸਤੇ ਸਰਕਾਰ ਦਾ, ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਨੇ ਥੋੜ੍ਹਾ ਜਿਹਾ ਮਨ ਬਣਾ ਲਿਆ ਵੀ ਇੱਕ ਦੋ ਕਾਂ ਹੋਰ ਮਾਰ ਕੇ ਟੰਗਾ ਕੇ ਇੱਕ ਦੋ ਬੰਦਿਆਂ ਦੇ ਖਿਲਾਫ਼ ਐਫ ਆਈ ਆਰ ਵਗੈਰਾ ਵੀ ਦਰਜ ਹੋ ਸਕਦੀ ਹੈ। ਠੀਕ ਹੈ ਜੀ। ਖੈਰ ਆਪਾਂ ਹੁਣ ਇਹ ਮੇਨ ਗੱਲ ਦੇ ਉੱਤੇ ਆਈਏ ਵੀ ਕਿਹੜੇ ਬੰਦਿਆਂ ਦੇ ਨਾਂ ਰਹਿ ਗਏ ਤੇ ਕੱਲ੍ਹ ਉਹ ਸਹੁੰ ਚੁੱਕ ਸਮਾਗਮ ਦੇ ਵਿੱਚ ਨਹੀਂ ਗਏ। ਅਗਲੀ ਗੱਲ ਇਹ, ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਦਿੱਲੀ ਦੀ ਹਾਈ ਕਮਾਂਡ ਨੇ ਭਗਵੰਤ ਮਾਨ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਅੱਛਾ ਜੀ। ਦਾਨੇ ਵਾਲੀਆ ਸਾਹਿਬ ਜੀ, ਪਿਛਲੇ ਦਿਨਾਂ ਦੀ ਆਪਾਂ ਗੱਲ ਦੇਖੀਏ, ਖੁੱਲ੍ਹੀ ਛੁੱਟੀ ਕਿੰਨੀ ਕੁ ਹੈ? ਉਹ ਕੱਲ੍ਹ ਆਪਾਂ ਚਰਚਾ ਕਰਕੇ ਹਟੇ ਹੁਣ ਉਹਦੇ ਨਾਲ ਅੱਗੇ ਤੁਸੀਂ ਦੇਖੋ ਕਿ ਕੋਈ ਵੀ ਪੰਜਾਬ ਦੇ ਵਿੱਚ ਕੋਈ ਉਦਘਾਟਨ ਹੋਣਾ ਜੀ, ਉਹ ਉਦਘਾਟਨ ਉਨੀ ਦੇਰ ਹੁੰਦਾ ਨਹੀਂ ਸੀ ਜਿੰਨੀ ਦੇਰ ਤੱਕ ਦਿੱਲੀ ਤੋਂ ਕੇਜਰੀਵਾਲ ਨੂੰ ਲੈ ਕੇ ਨਹੀਂ ਸੀ ਆਇਆ ਜਾਂਦਾ ਜੀ। ਚਾਹੇ ਉਹ ਐਮੀਨੈਂਸ ਸਕੂਲ ਹੋਵੇ ਸ਼ੇਲਟਾ ਵਾਲਾ, ਹਾਂਜੀ, ਚਾਹੇ ਕੋਈ ਪਟਿਆਲੇ ਦੇ ਵਿੱਚ ਕਿਸੇ ਹੋਸਪਿਟਲ ਨੂੰ ਰੈਨੋਵੇਟ ਹੀ ਕੀਤਾ ਸੀ, ਕਹਿੰਦੇ ਜੀ ਨਵਾਂ ਹੋਸਪਿਟਲ ਖੋਲਤਾ, ਉੱਥੇ ਵੀ ਉਹ ਆਏ ਸੀ। ਹਾਲਾਂਕਿ ਜਿਹੜਾ ਸ਼ੇਲਟਾ ਵਾਲਾ ਸਕੂਲ ਸੀ ਉਹਦੇ ਬਾਰੇ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾਂ ਨੇ ਕਹਿੰਦਾ ਸੀ ਕਿ ਸਕੂਲ ਬਹੁਤ ਵਧੀਆ, ਤਾਂ ਪਹਿਲਾਂ ਹੀ ਐਮੀਨੈਂਸ ਸੀ ਜੀ ਜੀ, ਉਹਦੇ ਵਿੱਚ ਤਾਂ ਗੱਲ ਹੀ ਕੋਈ ਨਹੀਂ ਸੀਗੀ। ਔਰ ਚਾਹੇ ਸਹੁੰ ਚੁੱਕ ਸਮਾਗਮ ਹੋਵੇ, ਚਾਹੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਰੈਲੀ ਕੀਤੀ ਹੋਈ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਦੋਂ 2022 ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਹੈ ਜੀ, ਤੇ ਸਰਕਾਰ ਬਣਨ ਤੋਂ ਪਹਿਲਾਂ ਹੀ ਉਹ ਸਰਕਾਰ ਵਾਸਤੇ ਪੀ ਆਰ ਟੀ ਸੀ ਦੀਆਂ ਬੱਸਾਂ ਵੀ ਕਿਰਾਏ ਤੇ ਲੈ ਲਈਆਂ ਸੀ। ਮਾਨਕ ਗੋਇਲ ਜਿਹੜੇ ਮਾਨਸਾ ਵਾਲੇ ਆਰਟੀਆਈ ਐਕਟਿਵਿਸਟ ਹੈ, ਉਹਨਾਂ ਨੇ ਸਾਰਾ ਕੁਝ ਕੱਢ ਕੇ ਸਾਹਮਣੇ ਰੱਖਤਾ ਸੀ। ਆਹ ਦੱਸੋ ਜੀ ਕਿਸ ਹੈਸੀਅਤ ਦੇ ਵਿੱਚ ਆਏ ਵੇ? ਪਰ ਕੱਲ ਦੇਖੋ ਤੁਸੀਂ ਵੀ, ਕੱਲ ਭਗਵੰਤ ਸਿੰਘ ਮਾਨ ਔਰ
ਅਰਵਿੰਦ ਕੇਜਰੀਵਾਲ ਦੋਨੋਂ ਹੀ ਬਠਿੰਡਾ ਜ਼ਿਲ੍ਹੇ 'ਚ ਸੀ ਜੀ। ਭਗਵੰਤ ਸਿੰਘ ਮਾਨ ਹੋਰੀ ਚੌਕੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਕਲੀਨਿਕ ਹੈ ਉਹਨਾਂ ਦਾ ਉਦਘਾਟਨ ਕਰ ਰਹੇ ਸੀ, ਔਰ ਕੇਜਰੀਵਾਲ ਸਾਹਿਬ ਜਿਹੜੇ ਹੈਗੇ ਆ ਉਹ ਬਠਿੰਡੇ ਦੇ ਹਵਾਈ ਅੱਡੇ ਤੇ ਉਤਰੇ, ਕੁਛ ਸਮਾਂ ਉਹਨਾਂ ਨੇ ਆਰਾਮ ਕੀਤਾ ਤੇ ਫਿਰ ਉਹ ਡਾਬਾ ਵਾਲੀ ਚਲੇ ਗਏ ਜੀ। ਔਰ ਉਹਨਾਂ ਨੂੰ ਮਿਲੇ ਵੀ ਹੈ ਮਾਨ ਸਾਹਿਬ ਜੀ, ਤੇ ਮਾਨ ਸਾਹਿਬ ਨੇ ਉਹਨਾਂ ਨੂੰ ਬੁੱਕੇ ਵੀ ਦਿੱਤਾ, ਉਹਨਾਂ ਨੇ ਫੁੱਲ ਫੜਿਆ। ਫੁੱਲ ਫੜਨ ਤੋਂ ਬਾਅਦ ਤੇ ਜਿਹੜੀ ਉਹਨਾਂ ਦੀ ਬੋਡੀ ਲੈਂਗੁਏਜ ਸੀ ਉਹ ਵੀ ਕੁਛ ਦੱਸਦੀ ਸੀ ਕਿ ਉਹ ਸਹਿਜ ਨਹੀਂ ਸੀਗੇ। ਜੇ ਸਹਿਜ ਹੁੰਦੇ ਤਾਂ ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਜਦੋਂ ਵੀ ਮਿਲਦੇ ਤਾਂ ਇਹ ਜੱਫੀ ਪਾ ਕੇ ਮਿਲਦੇ ਸੀ, ਲੇਕਿਨ ਕੱਲ੍ਹ ਜੱਫੀ ਗਾਇਬ ਸੀ ਜੀ। ਜਦੋਂ ਜੱਫੀ ਗਾਇਬ ਹੋਵੇ ਤਾਂ ਫਿਰ ਅੰਦਾਜ਼ਾ ਲਾ ਲਓ ਕੀ ਹੁੰਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਕੇਜਰੀਵਾਲ ਸਾਹਿਬ ਬਠਿੰਡੇ ਆ ਗਏ ਸੀ ਜੀ, ਉਹ ਚੌਕੇ ਚਲੇ ਜਾਂਦੇ ਕਿੰਨੀ ਕੁ ਵੱਡੀ ਗੱਲ ਸੀ। ਹਾਂਜੀ, ਜਦੋਂ ਕੇਜਰੀਵਾਲ ਸਾਹਿਬ 2 ਘੰਟੇ ਪ੍ਰੋਗਰਾਮ ਲੇਟ ਹੋ ਸਕਦਾ ਸੀ, 1:15 ਵਜੇ ਪਹੁੰਚੇ ਹੋ ਸਕਦਾ ਸੀ, ਕਿੰਨੀ ਕਿੰਨੀ ਵਾਲੇ ਵੈਸੇ ਵੀ ਤਾਂ ਲੇਟ ਹੋ ਹੀ ਜਾਂਦਾ ਹੈ। ਉਸ ਵੇਲੇ ਉਹ ਆ ਗਏ ਸੀ, ਸੋ ਇਹਦੇ ਤੋਂ ਲੱਗਦਾ ਇਹ ਹੈ ਕਿ ਕੁਛ ਜਿਹੜਾ ਹੈਗਾ ਚੰਗਾ ਨਹੀਂ, ਅੱਜ ਇਹਦਾ ਕੋਈ ਪ੍ਰਭਾਵ ਅਜੇ ਚੰਗਾ ਨਹੀਂ ਗਿਆ, ਤੇ ਇਹਦੇ ਤੋਂ ਇਹ ਲੱਗਦਾ ਕਿ ਭਵਿੱਖ ਦੇ ਵਿੱਚ ਕੰਮ ਸੌਖਾ ਨਹੀਂ, ਕਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਜੀ। ਕਿਉਂਕਿ ਜਿਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਅਥਰੂ ਨਿਕਲੇ ਹੈ ਜੀ, ਉਹ ਤਾਂ ਪਤਾ ਨਹੀਂ ਸੰਤੁਸ਼ਟ ਕਿੰਨੇ ਹੋਣਗੇ, ਕਿੰਨੀ ਕੁ ਉਹਨਾਂ ਨੂੰ ਖੁਸ਼ੀ ਹੋਊ, ਲੇਕਿਨ ਜਿਹਨਾਂ ਦੀਆਂ ਕੁਰਸੀਆਂ ਨਾਰਾਜ਼ ਉਹ ਵੀ ਹੋਣਗੇ, ਜਿਹਨਾਂ ਨੂੰ ਕੁਰਸੀਆਂ ਮਿਲਦੀਆਂ ਮਿਲਦੀਆਂ ਰਹਿ ਗਈਆਂ ਨਾਰਾਜ਼ ਉਹ ਵੀ ਹੋਣਗੇ ਜੀ, ਤੇ ਖੁਸ਼ ਦਿੱਲੀ ਵਾਲੇ ਵੀ ਲੱਗਦੇ ਨੀਗੇ। ਹਾਂ ਹਾਂ, ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਪੰਜਾਬ ਨਾਲ ਜਿਆਦਤੀ ਨਾ ਹੋਵੇ, ਧੱਕਾ ਨਾ ਹੋਵੇ ਜੀ, ਕਿਉਂਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਨਜ਼ਰ ਅੰਦਾਜ਼ ਕਰਨ ਦਾ ਮਤਲਬ ਹੈ ਕਿ ਤੁਸੀਂ ਪੰਜਾਬ ਨੂੰ ਨਜ਼ਰ ਅੰਦਾਜ਼ ਕਰਦੇ ਜੀ ਜੀ। ਉਸ ਗੱਲ ਤੋਂ ਅਸੀਂ ਸੰਤੁਸ਼ਟ ਹੈ ਕਿ ਚਲੋ ਕੱਲ ਮਾਨ ਸਾਹਿਬ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਆਪਣੇ ਕੈਬਨਿਟ ਨੂੰ, ਚਾਹੇ ਕਿਸੇ ਨੇ ਲਿਸਟ ਬਣਾਈ, ਕਿਸੇ ਨੇ ਕੱਟੇ, ਕਿਸੇ ਨੇ ਕੁਛ ਕੀਤੇ ਕਰਾਏ, ਸਹੁੰ ਚੁੱਕ ਸਮਾਗਮ ਉਹਨਾਂ ਨੇ ਕਰਵਾਇਆ, ਪਰ ਉਹ ਸਹੁੰ ਚੁੱਕ ਸਮਾਗਮ ਦੀ ਜਿਹੜੀ ਆਭਾ ਹੈ ਜੀ ਜੀ, ਉਹ ਆਭਾ ਹੈ ਨਹੀਂ ਸੀ। ਠੀਕ ਹੈ ਜੀ, ਤੁਸੀਂ ਮੇਰਾ ਖਿਆਲ ਹੈ ਕੱਲ ਗਏ ਹੋ ਚੌਕੇ, ਚੌਕੇ ਦੇ ਵਿੱਚ ਵੀ ਬੋਡੀ ਲੈਂਗੁਏਜ ਕੁਛ ਹੋਰ ਹੀ ਦੱਸਦੀ ਸੀ, ਤੇ ਜੇ ਆਪਾਂ ਦੇਖੀਏ ਰਾਜ ਭਵਨ ਦੀ ਸਥਿਤੀ, ਉੱਥੇ ਤਾਂ ਕਹਿੰਦੇ ਜੀ ਮੀਡੀਆ ਵਾਲਿਆਂ ਨੂੰ ਅੰਦਰ ਐਂਟਰੀ ਨਹੀਂ ਹੋਣ ਦਿੱਤਾ। ਅੱਛਾ, ਸਾਡਾ ਭਾਈਚਾਰਾ ਤਾਂ ਕੈਮਰੇ ਲੈ ਕੇ ਬਾਹਰ ਖਲੋਤੇ ਸੀ, ਮੀਡੀਆ ਵਾਲੇ ਅੰਦਰ ਕੌਣ ਸੀ? ਸਿਰਫ ਸਰਕਾਰੀ ਏਜੰਸੀਆਂ, ਉਹ ਜਿਹੜਾ ਬਸ ਜਿਹੜਾ ਪਨ ਮੀਡੀਆ, ਬਸ ਪਨ ਮੀਡੀਆ ਲਾ ਲਓ ਤੁਸੀਂ, ਪੀਟੀਆਈ ਲਾ ਲਓ, ਏਐਨਆਈ ਲਾ ਲਓ, ਏਐਨਆਈ ਵੀ ਮੈਂ ਸਰਕਾਰੀ ਇਸ ਕਰਕੇ ਕਰਦਾ ਕਿ ਸਰਕਾਰ ਭਗਤ ਹੈ, ਹਾਲਾਂਕਿ ਉਹ ਪ੍ਰਾਈਵੇਟ ਏਜੰਸੀ ਹੈ ਜੀ। ਦੂਜੀ ਤੁਹਾਡੀ ਥੋੜਾ ਬਹੁਤਾ ਮੇਰਾ ਖਿਆਲ ਹੈ ਸ਼ਾਇਦ ਯੂਐਨਆਈ ਵਾਲਿਆਂ ਨੂੰ ਵੀ ਆਉਣ ਦੀ ਇਜਾਜ਼ਤ ਦਿੱਤੀ ਹੋਵੇ, ਲੇਕਿਨ ਜਿਹੜੇ ਐਕਰੀਡੇਟਡ ਪੱਤਰਕਾਰ ਸੀ ਪ੍ਰਿੰਟ ਵਾਲੇ ਵੀ, ਮੇਰੀ ਤਾਂ ਨਿਗਾਹ 'ਚ ਉਹ ਵੀ ਨਹੀਂ ਆਏ ਕਿਤੇ ਚਾਹ ਪਾਣੀ ਪੀਣ ਵੇਲੇ ਦਿਸ ਜਾਂਦੇ ਹੁੰਦੇ ਆ ਬੰਦੇ, ਆਪਾਂ ਜਾਣਦੇ ਹੀ ਹਾਂ ਸਾਰਿਆਂ ਨੂੰ। ਬਿਲਕੁਲ ਬਿਲਕੁਲ, ਲੇਕਿਨ ਇਲੈਕਟ੍ਰੋਨਿਕ ਮੀਡੀਆ ਦਾ ਜਿਹੜਾ ਵੱਡਾ ਹਿੱਸਾ ਹੈ ਉਹ ਥੋੜਾ ਪਾਸੇ ਸੀ, ਪਰ ਇਲੈਕਟ੍ਰੋਨਿਕ ਮੀਡੀਆ ਵੀ ਉਹ ਜਿਹੜਾ ਇਲੈਕਟ੍ਰੋਨਿਕ ਮੀਡੀਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋਹਲੇ ਗਾਉਂਦਾ ਹੈ ਜੀ, ਤੇ ਜੇ ਇਹਨਾਂ ਸਾਰਿਆਂ ਨੂੰ ਲਾਂਭੇ ਕੀਤੇ ਤਾਂ ਲਾਂਭੇ ਕਰਨ ਦਾ ਮਤਲਬ ਇਹ ਹੁੰਦਾ ਕਿ ਭਾਵੇਂ ਅਸੀਂ ਜੋ ਮਰਜ਼ੀ ਕਹੀ ਜਾਈਏ, ਚੰਗਾ ਚੰਗਾ ਕਹਿਣ ਦੇ ਪੱਤਰਕਾਰਾਂ ਨੇ ਆਪਦੇ ਅੱਖੀ ਸਾਰਾ ਕੁਛ ਦੇਖ ਲਿਆ ਵੀ ਉੱਥੇ ਦੀ ਸਥਿਤੀ ਕੀ ਹੈ, ਉਤਸ਼ਾਹ ਕਿੰਨਾ ਕੁ ਹੈ ਜੀ, ਤੇ ਉਹ ਆਪਣੇ ਕਿਸੇ ਸਾਥੀ ਮਿੱਤਰ ਨੂੰ ਗੱਲ ਕਹਿ ਸਕਦੇ ਤੇ ਗੱਲ ਫਿਰ ਅੱਗੇ ਨਿਕਲ ਜਾਂਦੀ ਹੈ, ਤੇ ਜਦੋਂ ਆਪਣੇ ਹੀ ਦੇਣਾ ਸਾਰਾ ਕੁਛ ਵੀ, ਆਹ ਲਓ ਜੀ ਆਹ ਤਸਵੀਰ ਲੈ ਲਓ, ਆਹ ਵੀਡੀਓ ਲੈ ਲਓ, ਤੁਸੀਂ ਚਲਾ ਦਿਓ ਤੇ ਚੱਲ ਜਾਂਦੀ ਹੈ। ਬਿਲਕੁਲ, ਇਸ ਕਰਕੇ ਮੈਨੂੰ ਲੱਗਦੀ ਹੈ ਕਿ ਆਉਣ ਵਾਲਾ ਜਿਹੜਾ ਵਕਤ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਉਹ ਚੰਗਾ ਨਹੀਂ ਲੱਗਦਾ ਜੀ। ਇਹਦੇ ਨਾਲ ਹੀ ਇੱਕ ਆਪਾਂ ਦੇਖੀਏ ਤੇ ਓਂਕਾਰ ਸਿੰਘ, ਪ੍ਰੋਫੈਸਰ ਓਂਕਾਰ ਸਿੰਘ, ਹਾਂਜੀ, ਉਹ ਜਿਹੜੇ ਬੜੇ ਕਰੀਬ ਸੀ ਉਹਨਾਂ ਨੂੰ ਵੀ ਹਟਾਤਾ ਜੀ, ਉਹਦੇ ਹਟਾਉਣ ਦਾ ਕਾਰਨ ਕੀ ਹੈ? ਭਗਵੰਤ ਮਾਨ ਜੀ ਇਸ ਕਰਕੇ ਨਾਰਾਜ਼ ਸੀ ਕਿ ਉਹਨਾਂ ਦੀਆਂ ਸ਼ਿਕਾਇਤਾਂ ਵੜ ਗਈਆਂ ਸੀ। ਅੱਛਾ ਜੀ, ਇਹ ਗੱਲ ਵੀ ਆ ਗਈ ਹੈ ਕਿ ਭਗਵੰਤ ਮਾਨ ਸਾਹਿਬ ਜਿਹਦੇ ਚੀਫ ਮਿਨਿਸਟਰ ਬਣੇ ਹੈ ਧੂਰੀ, ਕਿਸੇ ਪੈਲਸ ਵਗੈਰਾ 'ਚ ਤਾਂ ਭਾਵੇਂ ਜੇ ਆਏ ਹੋਣ 10 ਮਿੰਟ ਉੱਥੇ ਲਾਏ ਹੋਣ, ਚਲੋ ਹੋ ਗਈ ਹੋਵੇ, ਲੇਕਿਨ ਜਿਵੇਂ ਕਿ ਆਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੈ ਲਓ, ਕੈਪਟਨ ਅਮਰਿੰਦਰ ਸਿੰਘ ਲਾ ਲਓ,
ਪ੍ਰਕਾਸ਼ ਸਿੰਘ ਬਾਦਲ ਤਾਂ ਲਗਭਗ ਰੋਜ਼ ਵਾਂਗੂ ਆਪਦੇ ਹਲਕੇ ਦੇ ਵਿੱਚ ਫਿਰਦੇ ਸੀ, ਹਰ ਸੈਟਰਡੇ ਸੰਡੇ ਜਾਂਦੇ ਸੀ, ਜੇ ਨਾ ਵੀ ਜਾਣ ਆਪਦੇ ਘਰ ਬੈਠੇ ਹੁੰਦੇ ਸੀ, ਲੋਕ ਉੱਥੇ ਆ ਕੇ ਉਹਨਾਂ ਨੂੰ ਮਿਲ ਲੈਂਦੇ ਸੀ। ਕੈਪਟਨ ਅਮਰਿੰਦਰ ਸਿੰਘ ਵੀ ਸਾਲ ਛਮਾਹੀ ਤੋਂ ਗੇੜਾ ਮਾਰ ਹੀ ਲੈਂਦੇ ਸੀ। ਠੀਕ ਹੈ, ਇਹ ਪਹਿਲਾ ਮੌਕਾ ਹੈ ਕਿ ਆਪਣੇ ਹਲਕੇ ਦੇ ਵਿੱਚ ਹੀ ਮੁੱਖ ਮੰਤਰੀ ਸਾਹਿਬ ਨਹੀਂ ਗਏ, ਤੇ ਓਂਕਾਰ ਸਿੰਘ ਹੋਣੀ ਉੱਥੇ, ਮਤਲਬ ਜਿਹੜਾ ਉਹਨਾਂ ਦਾ ਕਹਿੰਦੇ ਸਾਰਾ ਦਫ਼ਤਰ ਸੰਭਾਲਦੇ ਸੀ, ਉਹ ਡਾਕਟਰ ਸਾਹਿਬਾ ਦਾ ਵੀ ਮਤਲਬ ਜਿਹੜਾ ਹੈਗਾ ਮਦਦਗਾਰ ਸਾਹਿਬ ਸੀਗੇ ਜੀ, ਉਹ ਵੀ ਉੱਥੇ ਵਿਚਰਦੇ ਸੀ, ਡਾਕਟਰ ਸਾਹਿਬਾ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਭਗਵੰਤ ਸਿੰਘ ਮਾਨ ਦੇ ਜੀ। ਪਰ ਉੱਥੋਂ ਦੇ ਲੋਕਾਂ ਵੱਲੋਂ ਜੇ ਹੁਣ ਵੀ 2-2.5 ਸਾਲ ਤੋਂ ਉਹ ਨਹੀਂ ਆਏ, ਤੇ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਸ਼ਿਕਾਇਤਾਂ ਤਾਂ ਹੋਈਆਂ ਹੀ ਹੈ। ਤੇ ਫਿਰ ਦਾਨੇਵਾਲੀਆ ਸਾਹਿਬ ਇਹ ਦੇਖਣਾ ਪਊਗਾ ਕਿ ਜੇ ਆਪਣੇ ਇੰਨੇ ਜਿਹੜੇ ਹੈਗੇ ਆ, ਮਤਲਬ ਕਹਿ ਸਕਦੇ ਆ ਦਿਲਾਂ ਦੇ ਰਾਹ ਜਾਣਨ ਵਾਲੇ ਬੰਦੇ ਨੂੰ ਲਾਂਭੇ ਕੀਤਾ ਹੈ ਜੀ, ਇਹ ਤੋਂ ਪਹਿਲਾਂ ਮਨਜੀਤ ਸਿੰਘ ਸਿੱਧੂ ਨੂੰ ਲਾਂਭੇ ਕੀਤਾ ਸੀ ਜਾਂ ਲਾਂਭੇ ਉਹ ਆਪਣੇ ਆਪ ਹੋ ਗਏ ਸੀ ਜੀ, ਤੇ ਫਿਰ ਜਿਹੜੇ ਇਲਜ਼ਾਮ ਲੱਗਦੇ ਆ CMO ਤੇ ਜੀ ਕਿ ਮੁੱਖ ਮੰਤਰੀ ਨਿਵਾਸ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੋ ਰਿਹਾ ਜੀ, ਅਕਾਲੀਆਂ ਨੂੰ ਆਪਾਂ ਦੇਖੀਏ ਤੁਹਾਡਾ ਬਿਕਰਮ ਸਿੰਘ ਮਜੀਠੀਆ ਤਾਂ ਕੁਝ ਲੋਕਾਂ ਦਾ ਨਾਂ ਵੀ ਲਈ ਜਾਂਦੇ ਹਾਂਜੀ, ਇਸ ਹਿਸਾਬ ਦੇ ਨਾਲ ਤਾਂ ਫਿਰ ਮਾਨ ਸਾਹਿਬ ਦੇ ਨਾਲ ਰਹੂ ਕੌਣ, ਇਹ ਵੀ ਇੱਕ ਬਹੁਤ ਵੱਡੀ, ਕਿਉਂਕਿ ਔਖੇ ਸਮੇਂ ਦੇ ਵਿੱਚ ਸਭ ਤੋਂ ਨੇੜੇ ਜੇ ਕਿਸੇ ਬੰਦੇ ਦੇ ਨਾਲ ਕੋਈ ਰਹਿੰਦੇ ਤੇ ਉਹਦੇ ਦੋਸਤ ਮਿੱਤਰ ਰਹਿੰਦੇ ਆ ਜੀ ਜੀ, ਕੈਪਟਨ ਅਮਰਿੰਦਰ ਸਿੰਘ ਦਾ ਆਪਾਂ ਦੇਖਿਆ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਜਲਾਲਤ ਦੇ ਨਾਲ ਹਟਾਇਆ ਸੀ ਮੁੱਖ ਮੰਤਰੀ ਦੇ ਅਹੁਦੇ ਤੋਂ ਜੀ, ਭਾਵੇਂ ਕੁਝ ਜਿਹੜੇ ਮੌਕਾ ਪ੍ਰਸਤ ਲੋਕ ਉਹਨਾਂ ਨੂੰ ਛੱਡ ਕੇ ਭੱਜ ਗਏ ਸੀ, ਜਿਹਨਾਂ ਨੇ ਮਲਾਈ ਚੱਟੀ ਹੈ, ਜਿਹੜੇ ਡਿਜਰਵ MLA ਵਾਸਤੇ ਵੀ ਨਹੀਂ ਸੀ ਤੇ ਉਹਨਾਂ ਨੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਸੀ ਜੀ ਜੀ, ਜਿਹੜਿਆਂ ਨੇ ਮਤਲਬ ਪੂਰੇ ਦੀ ਪੂਰੀ ਮਲਾਈ ਚੱਟੀ ਹੈ ਉਸ ਛੱਡ ਕੇ ਸਾਰੇ ਭੱਜ ਗਏ ਸੀ, ਪਰ ਫਿਰ ਵੀ ਕੁਛ ਲੋਕ ਤਾਂ ਉਹਨਾਂ ਦੇ ਨਾਲ ਖੜੇ ਸੀ ਨਾ, ਜਿਹੜੇ ਕਹਿੰਦੇ ਸੀ ਅਸੀਂ ਤੇਰੇ ਨਾਲ ਤੇ ਅੱਜ ਵੀ ਖੜੇ ਆ, ਹਾਲਾਂਕਿ ਉਹ ਐਕਟਿਵ ਪੋਲੀਟਿਕਸ ਦੇ ਵਿੱਚੋਂ ਪਾਸੇ ਹਟ ਗਏ ਜੀ, ਪਰ ਭਗਵੰਤ ਸਿੰਘ ਮਾਨ ਵਾਲੇ ਮਾਮਲੇ 'ਚ ਆਪਾਂ ਦੇਖੀਏ ਤਾਂ ਜੇ ਮਿੱਤਰ ਵੀ ਨਾਲ ਨਾ ਰਹਿਣ ਦਾਨੇਵਾਲੀਆ ਸਾਹਿਬ, ਮਿੱਤਰ ਵੀ ਇੱਕ ਕਰਕੇ ਟੁੱਟਦੇ ਹੋਣ ਜਾਂ ਤੋੜ ਦਿੱਤੇ ਜਾਣ, ਤੇ ਫਿਰ ਜਦੋਂ ਔਖੀਆਂ ਘੜੀਆਂ ਆਉਂਦੀਆਂ ਜੀ ਉਦੋਂ ਤੁਹਾਡਾ ਝੋਲਾ ਕੌਣ ਫੜੂਗਾ, ਤੁਹਾਡੇ ਨਾਲ ਕੌਣ ਤਰੂਗਾ। ਕੱਲ ਮਾਨ ਸਾਹਿਬ ਨੇ ਇੱਥੋਂ ਆਪਣੇ ਚੌਕੇ ਇੱਕ ਗੱਲ ਵੀ ਕਹੀ ਹੈ ਕਿ ਆਪੋਜੀਸ਼ਨ ਵਾਲੇ ਜਿਹੜੇ ਹੈ ਉਹ ਬਾਅਦ ਦਾ ਬਤੰਗੜ ਬਣਾਉਂਦੇ ਆ, ਤੁਰੇ ਜਾਂਦੇ ਦਾ ਕਹਿੰਦੇ ਜੇ ਫੀਤਾ ਖੋਲ ਜੇ ਫੀਤਾ ਬਣਨ ਲੱਗ ਜਾਈਏ ਕਹਿੰਦੇ ਡਿੱਗ ਪਿਆ, ਹੁਣ ਉਹ ਇਹਨਾਂ ਨੇ ਤਾਂ ਕਿਹਾ ਵੀ ਉਹ ਡਿੱਗ ਪਏ ਤੇ ਨਹੀਂ ਡਿੱਗ ਪਏ, ਜਦੋਂ ਡਿੱਗ ਵੀ ਸਕਦਾ ਬੰਦੇ ਦੀ ਖਾਸ ਗੱਲ ਨਹੀਂ, ਠੇਡਾ ਖਾ ਕੇ ਵੀ ਡਿੱਗ ਸਕਦਾ ਬੰਦਾ, ਫੀਤਾ ਬੰਦਾ ਵੀ ਬੰਦਾ ਡਿੱਗ ਸਕਦਾ ਹੈ, ਇਹ ਤਾਂ ਕੋਈ ਖਾਸ ਗੱਲ ਨਹੀਂ ਜੀ। ਅਗਲੀ ਗੱਲ ਇਹ ਕਿ ਇਲਾਜ ਵਾਸਤੇ ਦਿੱਲੀ ਚਲੇ ਗਏ, ਹਾਂਜੀ, ਜਿਹਨਾਂ ਤੁਹਾਡੇ ਆਮ ਆਦਮੀ ਪਾਰਟੀ ਕਲੀਨਿਕਾਂ ਦਾ ਤੁਸੀਂ ਉਦਘਾਟਨ ਕਰਦੇ ਹੋ ਕਿ ਇਹ ਇਲਾਜ ਇੱਥੇ ਨਹੀਂ ਹੋ ਸਕਦਾ ਜੀ ਜੀ, ਇਹ ਹੋਰ ਲੋਕ ਡਿੱਗਦੇ ਆ ਪੰਜਾਬ ਦੇ, ਫਿਰ ਉਹਨਾਂ ਦਾ ਕੀ ਹਾਲ ਜੀ, ਉਹ ਭਾਵੇਂ ਕਿਸੇ ਵੀ ਤਰੀਕੇ ਨਾਲ ਡਿੱਗ ਪੈਣ ਬੰਦੇ, ਜੇ ਅਗਲੇ ਕਹਿਣ ਵੀ ਸਾਨੂੰ ਤਾਂ ਕੁਛ ਮਿਲਦਾ ਹੀ ਨਹੀਂ, ਹੁਣ ਇਸ ਵੇਲੇ ਤਾਂ ਰੌਲਾ ਇਸ ਗੱਲ ਦਾ ਪਿਆ ਹੋਇਆ ਹੈ ਜੀ ਕਿ ਆਯੁਸ਼ਮਾਨ ਜਿਹੜੇ ਹੈਗੇ ਆ ਟ੍ਰੀਟਮੈਂਟ ਕਰਵਾਉਣ ਵਾਲੇ ਬੰਦੇ ਜਿਹਨੇ ਆਯੁਸ਼ਮਾਨ ਦੇ ਜ਼ਰੀਏ ਕਰਵਾਇਆ ਜੀ, ਉਹਨਾਂ ਦਾ ਹੁਣ ਕੰਮ ਹੀ ਬੰਦ ਕਰਤਾ, ਕਹਿੰਦੇ ਜੀ ਸਰਕਾਰੀ ਡਾਕਟਰਾਂ ਨੇ ਪ੍ਰਾਈਵੇਟ ਡਾਕਟਰਾਂ ਨੇ, ਕਹਿੰਦੇ ਜੀ ਅਸੀਂ ਨਹੀਂ ਕਰਦੇ, ਖਾਸ ਕਰਕੇ ਪ੍ਰਾਈਵੇਟ ਡਾਕਟਰਾਂ ਨੇ, ਕਹਿੰਦੇ ਵੀ ਸਾਡਾ ਤਾਂ ਪੁਰਾਣਾ ਪੈਸਾ ਹੀ ਨਹੀਂ ਦਿੱਤਾ, ਸੈਂਕੜੇ ਕਰੋੜ ਰੁਪਇਆ ਜਿਹੜਾ ਹੈਗਾ ਸਾਡਾ ਖੜਾ ਹੈ ਤੇ ਉਹ ਦੇ ਨਹੀਂ ਰਹੇ ਜੀ, ਉਹਦੇ ਤੇ ਸਾਡੇ ਜਿਹੜੇ ਹੈਲਥ ਮਿਨਿਸਟਰ ਸਾਹਿਬ ਆ ਡਾਕਟਰ ਬਲਵੀਰ ਸਿੰਘ, ਉਹ ਕਹਿੰਦੇ ਜੀ ਉਹ ਕੁਛ ਤਾਂ ਸੈਂਟਰ ਵਾਲਿਆਂ ਦਾ ਖੜਾ, ਚਲੋ ਸੈਂਟਰ ਵਾਲਿਆਂ ਦਾ ਖੜਾ ਹੋਣਾ, ਤੁਸੀਂ ਦੇ ਦਿਓ ਆਪਦਾ ਸੈਂਟਰ, ਸੈਂਟਰ ਵਾਲਿਆਂ ਨੇ ਤੁਸੀਂ ਤਾਂ ਆਪਦੇ ਵਾਲਾ ਦੇ ਦਿੰਦੇ ਨਾ ਹਾਂਜੀ, ਇਸ ਕਰਕੇ ਦਾਨੇਵਾਲੀਆ ਸਾਹਿਬ ਮੈਨੂੰ ਇਹ ਲੱਗਦੀ ਆ ਵੀ ਝਗੜਾ ਕਾਫੀ ਚੌੜਾ ਸਾਰੇ ਪਾਸਿਆਂ ਤੋਂ ਜੀ, ਸਰਕਾਰ ਦੇ 2.5 ਸਾਲ ਕੱਟ ਲਏ ਤੇ ਅਗਲੇ 2.5 ਸਾਲ ਜਿਹੜੇ ਹੈਗੇ ਆ ਉਹ ਬੜੇ ਸੰਕਟ ਭਰਪੂਰ ਆ, ਖਾਸ ਕਰਕੇ ਜਦੋਂ ਕੇਂਦਰ ਦਾ ਵੀ ਤੁਹਾਡੇ ਨਾਲ ਵਿਵਹਾਰ, ਮੁੱਖ ਮੰਤਰੀ ਦੇ ਨਾਲ ਭਾਵੇਂ ਰਿਲੇਸ਼ਨ ਚੰਗੇ ਹੈ, ਲੇਕਿਨ ਆਮ ਆਦਮੀ ਪਾਰਟੀ ਤੇ ਪਾਰਟੀ ਦੀ ਸਰਕਾਰ ਨਾਲ ਰਿਲੇਸ਼ਨ ਚੰਗੇ ਨਹੀਂ ਨਾ ਜੀ ਜੀ, ਉਹ ਹਰ ਥਾਂ ਦੇ ਘੇੜੀ ਕਾੜਾਉਂਦੇ, ਉਹਨਾਂ ਨੇ ਅਜੇ ਤੱਕ 10,000 ਕਰੋੜ ਰੁਪਏ ਦੀ ਜਿਹੜੀ ਰਕਮ ਦੀ ਪ੍ਰਵਾਨਗੀ ਮੰਗੀ ਹੈ ਮੇਰਾ ਖਿਆਲ ਹਾਲੇ ਤੱਕ ਤਾਂ ਉਹ ਵੀ ਨਹੀਂ ਦਿੱਤੀ ਜੀ, ਤੇ ਅਗਲੇ ਮਹੀਨੇ ਤਨਖਾਹਾਂ ਫਿਰ ਦੇਣੀਆਂ ਤੇ ਫਿਰ ਸਾਰਾ ਕੁਛ ਹੋਊਗਾ ਕਿ ਹਾਂਜੀ, ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਹਾਲਾਤ ਕੋਈ ਚੰਗੇ ਨਹੀਂ, ਹਾਲਾਤ ਬੜੇ ਗੰਭੀਰ ਹੈ ਆਮ ਆਦਮੀ ਪਾਰਟੀ ਵਾਸਤੇ ਜੀ।
ਆਮ ਆਦਮੀ ਪਾਰਟੀ ਲਈ ਤਾਂ ਗੰਭੀਰ ਆ, ਉਦੋਂ ਬਾਅਦ ਗੰਭੀਰ ਪੰਜਾਬ ਲਈ ਹੋ ਜਾਣੇ ਜੀ। ਪੰਜਾਬ ਤਾਂ ਪੰਜਾਬ ਦੀ ਤਾਂ ਕਿਸਮਤ ਮਾੜੀ ਹੈ ਹੀ ਹੈ ਜੀ। ਪੰਜਾਬ ਤਾਂ ਸਭ ਕੁਛ ਹੋਣ ਦੇ ਬਾਵਜੂਦ ਵੀ ਇੱਕ ਸਹਿਰਿਆਂ ਵਾਲੀ ਜਿਹੜੀ ਹੈ ਸਥਿਤੀ ਦੇ ਵਿੱਚ ਆਇਆ ਹੋਇਆ ਜੀ। ਚਲੋ ਆਪਾਂ ਹਰਿਆਣੇ ਬਾਅਦ ਚ ਆਵਾਂਗੇ, ਆਪਾਂ ਉੜੀਸਾ ਵੱਲ ਚੱਲਦੇ ਹਾਂ। ਉੱਥੇ ਬੜੀ ਹੈਰਾਨੀਜਨਕ ਹੁੰਦੀ ਹੈ ਕਿ ਇੱਕ ਫੌਜੀ ਅਧਿਕਾਰੀ, ਉਹਦੀ ਮੰਗੇਤਰ, ਉਹਨਾਂ ਨਾਲ ਜਾਂਦੇ ਨੇ ਬਾਜ਼ਾਰ 'ਚੋਂ ਘੁੰਮਦੇ ਫਿਰਦੇ, ਛੇੜਖਾਨੀ ਹੁੰਦੇ ਆ, ਇਨਸਾਫ ਲੈਣ ਦੇ ਲਈ ਥਾਣੇ 'ਚ ਜਾਂਦੇ ਆ। ਥਾਣੇ ਵਾਲਿਆਂ ਨੇ ਇਨਸਾਫ ਤਾਂ ਕੀ ਦੇਣਾ ਸੀ, ਨਾਲੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ, ਟੋਰਚਰ ਕੀਤਾ ਅਤੇ ਜੇਲ੍ਹ ਭੇਜ ਦਿੱਤਾ। ਹਾਈਕੋਰਟ ਬੜੀ ਸਖ਼ਤ ਨਜ਼ਰ ਆ ਰਹੀ ਹੈ ਅਤੇ ਹੁਣ ਕਹਿੰਦੇ ਵੀ ਮੁੱਖ ਮੰਤਰੀ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਨਹੀਂ, ਮੁੱਖ ਮੰਤਰੀ ਨੇ ਮੁਲਾਕਾਤ ਨਹੀਂ ਕੀਤੀ, ਉਸ ਪੀੜਿਤ ਪਰਿਵਾਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਜੀ। ਕਾਰਨ ਇਹਦਾ ਕਿ ਮੁਲਾਕਾਤ ਕਰਨ ਵਾਸਤੇ ਮਾਹੌਲ ਪੈਦਾ ਕੀਤਾ ਗਿਆ, ਮੁਲਾਕਾਤ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ ਹੋਣਾ, ਕਿਉਂਕਿ ਪਰਦੇ ਦੇ ਪਿੱਛੇ ਬੜਾ ਕੁਛ ਹੁੰਦਾ ਹੁੰਦਾ। ਬਿਲਕੁਲ, ਇਹ ਪਰਦੇ ਦੇ ਪਿੱਛੇ ਜਿਹੜਾ ਬੜਾ ਕੁਛ ਹੁੰਦਾ ਹੈ, ਉਹਦਾ ਨਤੀਜਾ ਹੈ ਕਿ ਉਹਨਾਂ ਦੀ ਕੱਲ੍ਹ ਮੀਟਿੰਗ ਹੋ ਗਈ। ਹੁਣ ਅਸਲ ਕਹਾਣੀ ਹੈ ਜਿਹੜੀ, ਕਿਉਂਕਿ ਆਪਾਂ ਵੀ ਪਿਛਲੇ ਸਮੇਂ ਦੇ ਵਿੱਚ ਬੜੀਆਂ ਇੰਪੋਰਟੈਂਟ ਖਬਰਾਂ ਆਉਂਦੀਆਂ ਰਹੀਆਂ ਤੇ ਇਸ ਖਬਰ ਨੂੰ ਆਪਾਂ ਡਿਸਕਸ ਨਹੀਂ ਕਰ ਸਕੇ ਜੀ। ਇਹ ਡਿਸਕਸ ਬਹੁਤ ਹੀ ਸ਼ਰਮਨਾਕ ਹੈ, ਕਿਉਂਕਿ ਇਹ ਜਿਹੜੀ ਲੜਕੀ ਤੇ ਲੜਕਾ ਹੈ ਜੀ, ਇਹ ਦੋਨੇ ਹੀ ਫੌਜੀ ਪਿਛੋਕੜ ਵਾਲੇ ਹੈ। ਠੀਕ ਹੈ, ਲੜਕਾ ਫੌਜ ਦੇ ਵਿੱਚ ਜਿਹੜਾ ਹੈਗਾ ਆਫੀਸਰ ਹੈ, ਕਮਿਸ਼ਨਡ ਆਫੀਸਰ ਹੈ। ਲੜਕੀ ਜਿਹੜੀ ਹੈਗੀ ਹੈ ਉਹ ਇੱਕ ਮਿਲਟਰੀ ਆਫੀਸਰ ਦੀ ਬ੍ਰਿਗੇਡੀਅਰ ਦੀ ਧੀ ਹੈ। ਅੱਛਾ ਜੀ, ਤੇ ਬ੍ਰਿਗੇਡੀਅਰ ਸਾਹਿਬ ਉੜੀਸਾ ਦੀ ਜਿਹੜੀ ਸਾਬਕਾ ਫੌਜੀਆਂ ਦੀ ਐਸੋਸੀਏਸ਼ਨ ਹੈ, ਉਹਦੇ ਪ੍ਰਧਾਨ ਹੈਗੇ ਜੀ। ਔਰ ਬਦਕਿਸਮਤੀ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਉਹ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ। ਅੱਛਾ ਜੀ, ਇਹ ਹੁਣ ਪਿਛਲੇ ਸਮੇਂ ਦੇ ਵਿੱਚ ਹੋਇਆ ਕੀ ਜੀ ਕਿ ਰਾਤ ਨੂੰ ਇਹ ਲੜਕਾ ਤੇ ਲੜਕੀ ਜਿਹੜੇ ਹੈਗੇ ਆ, ਦੋਨੇ ਮੰਗੇ ਹੋਏ ਆ, ਵਿਆਹ ਉਹਨਾਂ ਦਾ ਹੋਣ ਵਾਲਾ ਸੀ। ਅੱਛਾ ਜੀ, ਉਹ ਤੁਰੇ ਆਉਂਦੇ ਤੇ ਕੁਝ ਮੁਸ਼ਟੰਡੇ ਉਹਨਾਂ ਨਾਲ ਛੇੜਛਾੜ ਕਰਦੇ ਆ। ਮੁਸ਼ਟੰਡੇ ਜਿਹੜੇ ਹੈਗੇ ਆ, ਉਹ ਮੁਸ਼ਟੰਡਿਆਂ ਦੀ ਉਮਰ ਜਿਹੜੀ ਹੈਗੀ ਆ 20 ਤੋਂ 22 ਸਾਲ ਦੇ ਦਰਮਿਆਨ, 8-7 ਬੰਦੇ ਆ ਜੀ। ਔਰ ਉਹ ਕੁੜੀ ਨੂੰ ਮਤਲਬ ਕਹਿੰਦੇ ਕਿ ਤੇਰਾ ਪਹਿਰਾਵਾ ਕਿਹੋ ਜਿਹਾ ਹੈ, ਤੇਰੀਆਂ ਆ ਕੀ ਹੈ, ਤੂੰ ਤੁਰਦੀ ਕਿਵੇਂ ਹੈ, ਤੇਰੇ ਨਾਲ ਰਾਤ ਨੂੰ ਬੰਦਾ ਕੌਣ ਹੈ, ਕੀ ਕੁਛ ਹੈ। ਉਹ ਕਹਿੰਦੇ ਵੀ ਇਹ ਮੇਰਾ ਪ੍ਰਾਈਵੇਟ ਮਾਮਲਾ, ਤੁਸੀਂ ਇਹ ਤੋਂ ਕੀ ਲੈਣੇ ਜੀ। ਜੇ ਆਪਾਂ ਵੀ ਜਾਣਦੇ, ਜੇ ਇਤਰਾਜ਼ ਹੋ ਸਕਦਾ ਤਾਂ ਉਹਦੇ ਮਾਪਿਆਂ ਨੂੰ ਹੋ ਸਕਦਾ, ਆਮ ਬੰਦੇ ਨੂੰ ਕੀ ਹੋ ਸਕਦਾ। ਉਹਨਾਂ ਨੇ ਉਹਦੇ ਨਾਲ ਜਿਹੜੀ ਹੈਗੀ ਆ ਬਦਤਮੀਜ਼ੀ ਕੀਤੀ ਤੇ ਬਦਤਮੀਜ਼ੀ ਦੀਆਂ ਹੱਦਾਂ ਮੰਨੇ ਟੱਪਣ ਲੱਗੇ ਤੇ ਉਹਨਾਂ ਨੇ ਕਿਹਾ ਵੀ ਆਪਾਂ ਥਾਣੇ ਸ਼ਿਕਾਇਤ ਦਰਜ ਕਰਾਈਏ ਜੀ। ਹੁਣ ਦੇਖੋ ਗੱਲ, ਕਿ ਗਏ ਆ ਥਾਣੇ ਸ਼ਿਕਾਇਤ ਦਰਜ ਕਰਾਉਣ ਵਾਸਤੇ। ਜਦੋਂ ਥਾਣੇ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਗਏ ਆ ਤੇ ਜੀ, ਅਗਾਂਹ ਉੱਥੇ ਜਿਹੜੀ ਪੁਲਿਸ ਹੁੰਦੀ ਹੈ ਮੌਕੇ ਤੇ ਮੌਜੂਦ, ਉਹ ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਟ੍ਰੀਟ ਨਹੀਂ ਕਰਦੀ ਜੀ। ਉਹ ਕੁੜੀ ਉਹਨਾਂ ਨੂੰ ਕਹਿੰਦੀ ਹੈ ਵੀ ਇਹ ਮਿਲਟਰੀ ਅਫੀਸਰ ਹੈ, ਮੇਰਾ ਫਰੈਂਡ ਹੈ, ਇਹਨੇ ਮੇਰਾ ਹਸਬੈਂਡ ਬਣਨਾ, ਕੱਲ ਨੂੰ ਸਾਡਾ ਵਿਆਹ ਹੋਣਾ ਹੈ, ਹਾਂਜੀ ਤੁਸੀਂ ਗੱਲ ਤਾਂ ਠੀਕ ਤਰੀਕੇ ਨਾਲ ਕਰੋ। ਉਹ ਕੁੜੀ ਨੂੰ ਕਹਿੰਦੇ ਵੀ ਤੂੰ ਹੈ ਕੌਣ ਜੀ। ਉਹ ਮੁੰਡਾ ਕਹਿੰਦਾ ਵੀ ਤੁਸੀਂ ਇਹ ਕੀ ਗੱਲ ਕਰਦੇ ਹੋ, ਜਿਹੜੇ ਬਾਲਗ ਹੈ, ਪੜ੍ਹੇ ਲਿਖੇ ਬੰਦੇ ਆ, ਉਹ ਇਹ ਤਾਂ ਪੁਲਿਸ ਨੂੰ ਪੁੱਛ ਹੀ ਸਕਦੇ ਨੇ ਕਿ ਤੁਸੀਂ ਠੀਕ ਤਰੀਕੇ ਨਾਲ ਗੱਲ ਕਿਉਂ ਨਹੀਂ ਕਰਦੇ ਜੀ। ਤੇ ਫਿਰ ਉਸ ਮੁੰਡੇ ਨੂੰ ਕਟਾਪਾ ਚਾੜਨਾ ਸ਼ੁਰੂ ਕਰਤਾ ਜੀ। ਕਟਾਪਾ ਚਾੜਿਆ ਜੀ, ਕਟਾਪਾ ਚਾੜ ਕੇ ਉਹਨੂੰ ਹਵਾਲਾਤ ਬੰਦ ਕੀਤਾ। ਕੁੜੀ ਕੁਰਲਾ ਰਹੀ ਹੈ, ਰੌਲਾ ਪਾ ਰਹੀ ਹੈ ਕਿ ਮੇਰੇ ਹਸਬੈਂਡ, ਮੇਰੇ ਜਿਹੜੇ ਦੋਸਤ ਨੂੰ ਛੱਡਿਆ ਜਾਵੇ, ਪਰ ਕੁਛ ਛੱਡਦਾ ਨਹੀਂ ਜੀ। ਇਹਦੀ ਮੀਨ ਟਾਈਮ ਐਸਐਚਓ ਵਗੈਰਾ ਵੀ ਆ ਜਾਂਦੇ ਆ ਸਾਰੇ, ਤੇ ਉਹ ਕੁੜੀ ਨੂੰ ਵੀ ਉਹ ਅਜਿਹਾ ਕਿਉਂ ਕਰਦੀ ਹੈ, ਫਿਰ ਉਸ ਕੁੜੀ ਨੂੰ ਸਬਕ ਸਿਖਾਉਣਾ ਸ਼ੁਰੂ ਕਰ ਦਿੰਦੇ ਆ ਜੀ। ਉਹਦੇ ਜੁੰਡੇ ਪੱਟੇ ਜਾਂਦੇ ਆ, ਉਹਨੂੰ ਥੱਲੇ ਸੁੱਟਿਆ ਜਾਂਦਾ ਹੈ, ਉਹਦੀਆਂ ਛਾਤੀਆਂ ਦੇ ਉੱਤੇ ਹੂਰੇ ਮਾਰੇ ਜਾਂਦੇ। ਇਕੱਲੇ ਹੂਰੇ ਨਹੀਂ ਮਾਰੇ ਜਾਂਦੇ, ਉਹਦਾ ਬਰਾ ਲਾਇਆ ਜਾਂਦਾ, ਬਰਾ ਲਾ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਬੰਨੀਆਂ ਜਾਂਦੀਆਂ। ਇੱਕ ਪੁਲਿਸ ਅਫਸਰ ਜਿਹੜਾ ਹੈਗਾ ਆਪਣਾ ਪ੍ਰਾਈਵੇਟ ਪਾਰਟ ਨੰਗਾ ਕਰਦਾ ਹੈ, ਔਰ ਪ੍ਰਾਈਵੇਟ ਪਾਰਟ ਨੰਗਾ ਕਰਕੇ ਉਸ ਕੁੜੀ ਨੂੰ, ਹੁਣ ਇਹ ਤੋਂ ਬਾਅਦ ਮੈਂ ਕੁਛ ਕਹਿ ਨਹੀਂ ਸਕਦਾ ਵੀ ਉਹਨੇ ਕੀ ਕਰਨ ਦਾ, ਕੀ ਚਾਹੁੰਦਾ ਸੀ ਉਹ ਜੀ। ਇਹ ਸਾਰਾ ਕੁਛ ਹੋਇਆ ਤੇ ਕੁੜੀ ਵਿਚਾਰੀ ਮਤਲਬ ਜਿਹੜੀ ਹੈਗੀ ਹੈ ਝੱਲਿਆ ਉਹਨੇ,
ਰਾਤ ਭਰ ਮਤਲਬ ਉਹਨਾਂ ਨੂੰ ਖਾਣੇ ਦੇ ਵਿੱਚ ਬੰਦ ਰੱਖਿਆ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਫੌਜੀ ਸਾਡੇ ਦੇਸ਼ ਦੀ ਰਾਖੀ ਕਰਦੇ ਉਹਨਾਂ ਫੌਜੀਆਂ ਨਾਲ ਹੁੰਦਾ ਅਜਿਹਾ ਕਿਉਂ ਹੈ? ਨਾਲੇ ਸਿੱਖ ਮਣੀਪੁਰ ਦੇ ਸਿੱਖਾਂ, ਫਿਰ ਅਸੀਂ ਕਹਿੰਦੇ ਸਿੱਖ ਸਿੱਖ ਹੀ ਕਿਉਂ ਐ ਟਾਰਗੇਟ ਕੀਤਾ ਜਾਂਦਾ, ਉਹ ਵੀ ਇੱਕ ਵੱਖਰੀ ਗੱਲ ਹੈ। ਕੀ ਇਹਦੇ ਦੇਖਣ ਵਾਲੇ ਕਿਉਂ ਨਾ ਹੁਣ ਸਿੱਖਾਂ ਨੂੰ ਵੀ ਕੀਤਾ ਜਾਂਦਾ ਹੈ ਜੀ, ਨਾ ਹੁਣ ਸਿੱਖਾਂ ਨੂੰ ਵੀ ਕੀਤਾ ਜਾਂਦਾ ਹੈ। ਤੁਸੀਂ ਹੁਣ ਇਹ ਦੇਖੋ ਕਿ ਮਣੀਪੁਰ ਦੇ ਵਿੱਚ ਜਿਹੜਾ ਬੰਦਾ ਕਾਰਗਿਲ ਦੀ ਜੰਗ ਲੜ ਕੇ ਆਇਆ ਸੀ ਜੀ, ਉਹ ਕਾਰਗਿਲ ਦੀ ਜੰਗ ਲੜਨ ਵਾਲੇ ਦੀ ਵਾਈਫ ਦੇ ਨਾਲ ਮਣੀਪੁਰ ਦੇ ਵਿੱਚ ਕੀ ਹੋਇਆ? ਕੀ ਹੋਇਆ? ਬਿਲਕੁਲ, ਮਣੀਪੁਰ ਦੇ ਵਿੱਚ ਤਾਂ ਬਹੁਤ ਕੁਛ ਹੋਇਆ। ਉੱਥੇ ਔਰਤਾਂ ਨੂੰ ਤਾਂ ਨੰਗਿਆਂ ਕਰਕੇ ਉਹਨਾਂ ਦੀ ਪਰੇਡ ਕਰਾਈ ਗਈ ਜੀ, ਔਰ ਮਾਪਿਆਂ ਦੇ ਸਾਹਮਣੇ, ਬੱਚਿਆਂ ਦੇ ਸਾਹਮਣੇ ਉਹਨਾਂ ਨੂੰ ਜਿਵੇਂ ਜਲੀਲ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਹੀ ਬੜੀ ਦਰਦ ਕਹਾਣੀ ਹੈ ਜੀ। ਤੇ ਉਦੋਂ ਵੀ ਵੱਡੀ ਦਰਦ ਕਹਾਣੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ, ਗ੍ਰਹਿ ਮੰਤਰੀ ਸਾਹਿਬ ਨੇ ਉਹਦੇ ਤੇ ਮੂੰਹ ਖੋਲਣਾ ਵੀ ਮੁਨਾਸਿਬ ਨਹੀਂ ਸੀ ਸਮਝਿਆ, ਗੇੜਾ ਮਾਰਨ ਦਾ ਜ਼ਰੂਰ ਨਿਕਲ ਜੀ। ਜਦੋਂ ਉੱਥੇ ਇੱਕ ਆਡੀਟਰਾਂ ਦੀ ਟੀਮ ਜਾਂਦੀ ਹੈ ਕਿ ਅਸੀਂ ਉੱਥੋਂ ਦੀ ਜਿਹੜੀ ਹੈਗੀ ਹੈ ਫੈਕਟ ਐਂਡ ਫਾਈਂਡਿੰਗ ਕਮੇਟੀ ਬਣਾ ਕੇ ਅਸੀਂ ਜਾ ਕੇ ਸਿਚੁਏਸ਼ਨ ਦਾ ਪਤਾ ਲਈਏ ਜੀ, ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਂ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਜੀ, ਮਾਮਲਾ ਸੁਪਰੀਮ ਕੋਰਟ ਤੱਕ ਜਾਂਦਾ ਹੈ। ਜੇ ਉੱਥੇ ਰਾਹੁਲ ਗਾਂਧੀ ਜਾਂਦਾ ਹੈ, ਕਾਂਗਰਸ ਪਾਰਟੀ ਦਾ ਵੱਡਾ ਲੀਡਰ, ਉਹ ਬੰਦੇ ਨੂੰ ਦੇ ਰਾਹ ਵਿੱਚ ਰੁਕਾਵਟਾਂ ਪਾਈਆਂ ਜਾਂਦੀਆਂ ਜੀ, ਇੱਥੇ ਜੋ ਕੁਛ ਹੋਇਆ ਤੇ ਤਾਂ ਬਹੁਤ ਹੀ ਜ਼ਿਆਦਾ ਸੀ ਤੇ ਇਹਦਾ ਫਿਰ ਵਿਰੋਧ ਹੋਇਆ। ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ, ਮੈਂ ਪੁਰਾਣੀਆਂ ਦੋ ਘਟਨਾਵਾਂ ਦੱਸਣੀਆਂ ਚਾਹੂੰਗਾ ਜੀ। ਇੱਕ ਵਾਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਦੇ ਬੇਟੇ ਸੁਰਿੰਦਰ ਸਿੰਘ ਕੈਰੋ ਨੇ ਜੀ ਇੱਕ ਮਿਲਟਰੀ ਅਫਸਰ ਦੇ ਵਾਈਫ ਦੇ ਨਾਲ ਬਦਤਮੀਜ਼ੀ ਕੀਤੀ ਸੀ। ਬਿਲਕੁਲ ਬਿਲਕੁਲ, ਤੇ ਉਸ ਵੇਲੇ ਕੀ ਹੈ ਕਿ ਆਰਮੀ ਵਾਲਿਆਂ ਨੇ ਆ ਕੇ ਉਹਨੂੰ ਕੁਟਾਪਾ ਚਾੜਤਾ ਸੀ। ਇੱਕ ਇਹੋ ਜਿਹਾ ਹੀ ਮਾਮਲਾ ਚੰਡੀਗੜ੍ਹ ਦੇ ਵਿੱਚ ਹੋਇਆ ਸੀ ਜਦੋਂ ਸਮੈਤ ਸੈਣੀ ਉੱਥੋਂ ਦੇ SSP ਲੱਗੇ ਹੁੰਦੇ ਸੀ ਜੀ। ਉੱਥੇ ਕਿਸੇ ਜਿਹੜਾ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਤੈਨਾਤ ਬੰਦਾ ਸੀ, ਉਹਦੀ ਵਾਈਫ ਦਾ ਕਤਲ ਹੋ ਗਿਆ ਸੀ ਜੀ। ਉਹ ਕਤਲ ਕਿਹਨੇ ਕੀਤਾ, ਕਿਹਨੇ ਨਹੀਂ ਕੀਤਾ, ਉਹਦੀ ਅਜੇ ਤੱਕ ਜਾਇਜ਼ਾ ਲੈ ਰਹੇ ਸੀ, ਤੇ ਕਿ ਆਰਮੀ ਦਾ ਡਾਕਟਰ ਜਿਹੜਾ ਉੱਥੇ ਰਹਿੰਦਾ ਸੀ ਉਹ ਕੋਲ ਦੀ ਲੰਘ ਰਿਹਾ ਸੀ। ਆਰਮੀ ਅਫੀਸ਼ਲ ਹੋਣ ਕਰਕੇ ਉਹਨੇ ਕਿਹਾ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਜਦੋਂ ਪੀਤੀ ਸੀ ਉਹਦੀ ਵੀ ਜੀ, ਉਹ ਕਹਿਣ ਤੋਂ ਨਾ ਹਟਿਆ ਤਾਂ ਉਹਨੂੰ ਕੁਟਾਪਾ ਚਾੜਤਾ ਸੀ ਜੀ। ਤੇ ਉਸ ਵੇਲੇ ਦਾਨੇਵਾਲੀਆ ਸਾਹਿਬ ਆਰਮੀ ਨੇ ਵਿਗਲ ਵਜਾ ਤਾ ਸੀ ਅੰਦਰ। ਅੱਛਾ ਜੀ, ਤੁਹਾਡੇ ਜਿਹੜੀ ਹੈਗੀ ਹੈ ਟੈਂਟ ਚ ਪੰਚਕੂਲੇ ਵਾਲੀ ਜਿਹੜੀ ਛਾਉਣੀ ਆ, ਛਾਉਣੀ ਆਪਣੇ ਚੰਦੀ ਮੰਦਰ ਕਿ ਚਲੋ ਚਲੀਏ। ਉਹ ਤਾਂ ਇਨ ਦੀ ਮੀਨ ਟਾਈਮ ਜਿਹੜਾ DGP ਨੂੰ ਪਤਾ ਲੱਗ ਗਿਆ, KPS ਕਿਲ DGP ਸੀ, ਉਹਨੇ ਰਾਜਪਾਲ ਨਾਲ ਗੱਲ ਕੀਤੀ, ਗਵਰਨਰ ਨਾਲ ਗੱਲ, ਤੇ ਗਵਰਨਰ ਨੇ ਵਿੱਚ ਮਤਲਬ ਦਖਲ ਦੇ ਕੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਠੰਡੇ ਕੀਤਾ ਜੀ। ਤੇ ਨਹੀਂ ਤਾਂ ਚੰਡੀਗੜ੍ਹ ਉਸ ਵੇਲੇ ਪਤਾ ਨੀ ਕੀ ਕੁਛ ਹੋ ਜਾਂਦਾ। ਆਰਮੀ ਅਫੀਸ਼ਲਸ, ਸਾਡਾ ਦੇਸ਼ ਜਿਹੜੀ ਹੈਗਾ ਇੱਕ ਸੈਕੂਲਰ ਦੇਸ਼ ਹੈ ਜੀ, ਸਾਡੇ ਦੇਸ਼ ਦੀ ਆਰਮੀ ਜਿਹੜੀ ਹੈਗੀ ਬੜੀ ਦੇਸ਼ ਭਗਤ ਆਰਮੀ ਹੈ ਜੀ। ਇਸ ਆਰਮੀ ਤੋਂ ਕਦੇ ਸੋਚਿਆ ਨੀ ਜਾ ਸਕਦਾ ਕਿ ਇਹ ਕੋਈ ਪੁੱਠਾ ਸਿੱਧਾ ਕੰਮ ਕਰੂਗੀ। ਡਾਕਟਰ ਮਨਮੋਹਨ ਸਿੰਘ ਦੇ ਜ਼ਮਾਨੇ 'ਚ ਜਦੋਂ ਜਨਰਲ BK ਸਿੰਘ ਹੁੰਦੇ ਸੀ ਜਨਰਲ ਜੀ, ਉਦੋਂ ਤੁਹਾਨੂੰ ਪਤਾ ਵੀ ਇਹ ਖਬਰਾਂ ਲੱਗ ਗਈਆਂ ਸੀ ਕਿ ਹਿਸਾਰ ਤੋਂ ਇੱਕ ਫੌਜੀ ਟੁਕੜੀ ਜਿਹੜੀ ਹੈ ਦਿੱਲੀ ਵੱਲ ਨੂੰ ਚੱਲ ਪਈ ਜੀ। ਲੇਕਿਨ ਜਿਹੜੇ ਫੌਜ ਦੇ ਵੱਡੇ ਅਫਸਰ ਸੀ ਉਹਨਾਂ ਦੇ ਧਿਆਨ 'ਚ ਨਹੀਂ ਸੀ ਉੱਥੋਂ ਵਾਲਿਆਂ ਦੇ, ਜਿਹੜੇ ਹੋਰ ਵੱਡੇ ਅਫਸਰ ਸੀ ਤੇ ਬੜੀ ਉਹ ਲਾਲਾ ਹੋ ਗਈ ਸੀ। ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਲੱਗੀ ਸੀ ਜੀ ਕਿ ਇਹ ਕੋਈ ਗੜਬੜ ਤਾਂ ਨਹੀਂ ਸੀ, ਲੇਕਿਨ ਫੌਜੀ ਅਫਸਰਾਂ ਨੇ ਕਹਿਤਾ ਨਾਲ ਦੀ ਨਾਲ ਕਿ ਨਹੀਂ, ਪੋਲੀਟੀਕਲ ਮਾਮਲਿਆਂ ਦੇ ਵਿੱਚ ਸਾਡੀ ਫੌਜ ਦਖਲ ਅੰਦਾਜ਼ੀ ਨਹੀਂ ਕਰਦੀ, ਇਹ ਕੰਮ ਰਾਜਨੀਤਿਕ ਲੋਕਾਂ ਦਾ। ਕਿਹਨੇ ਸਰਕਾਰ ਬਣਾਉਣੀ ਹੈ, ਕਿਹਨੇ ਸਰਕਾਰ ਤੋੜਨੀ ਹੈ, ਅਸੀਂ ਸਰਕਾਰਾਂ ਬਣਾਉਣ ਤੇ ਤੋੜਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜੀ। ਇੱਥੇ ਹੁਣ ਇਹ ਕੁੜੀ ਮੁੰਡੇ ਨਾਲ ਜੋ ਕੁਛ ਹੋਇਆ ਇਹਦਾ ਰੌਲਾ ਪੈ ਗਿਆ, ਰੌਲਾ ਪੈ ਗਿਆ। ਆਪੋਜੀਸ਼ਨ ਨੇ ਇਸ ਮਾਮਲੇ ਨੂੰ ਚੱਕ ਲਿਆ ਜੀ, ਔਰ ਉੱਥੇ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹਨਾਂ ਨੇ ਚੱਕ ਲਿਆ, ਮਿਸਟਰ ਨਵੀਨ ਪਟਨਾਇਕ। ਇਹ ਗੱਲ ਬੜੀ ਮਾੜੀ ਹੋ ਰਹੀ ਹੈ। ਤਾਂ ਫਿਰ ਨਤੀਜਾ ਇਹ ਹੋਇਆ, ਮੇਰਾ ਖਿਆਲ ਹੈ ਫਿਰ ਇਹਨੂੰ ਕਵਾਂਗੇ ਆਪਾਂ ਜਿਹੜੇ ਕੀ ਕਹਿੰਦੇ ਹੁੰਦੇ ਆਪਾਂ ਨੂੰ ਉਹਨਾਂ ਦੀ ਮੌਕਾ ਸੰਭਾਲਣਾ ਜੀ ਜੀ, ਜਿਹੜੀ ਹੈ ਫਿਰ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ। ਔਰ ਲੱਗਦਾ ਇਹ ਹੈ ਕਿ ਫਿਰ ਜਿਹੜਾ ਹੈਗਾ ਮੁੱਖ ਮੰਤਰੀ ਨੇ ਵਿਚੋਲੇ ਪਾ ਕੇ ਉਹਨਾਂ ਨੂੰ ਅਪਰੋਚ ਕੀਤਾ ਕਿ ਆਓ ਤੁਸੀਂ ਮੇਰੇ ਨਾਲ ਗੱਲ ਕਰੋ ਜੀ।
ਉਹ ਲੜਕੀ ਦਾ ਬਾਪ ਤੇ ਉਹਨਾਂ ਨੇ ਗੱਲ ਕਹੀ ਕਿ ਅਸੀਂ ਉਨੀ ਦੇਰ ਤੱਕ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਜਿੰਨੀ ਦੇਰ ਤੱਕ ਇਸ ਮਾਮਲੇ ਦੀ ਜੁਡੀਸ਼ੀਅਲ ਇਨਕੁਆਇਰੀ ਦਾ ਆਰਡਰ ਨਹੀਂ ਕਰਦੇ। ਮੇਰਾ ਖਿਆਲ ਹੈ ਫਿਰ ਉਹਨਾਂ ਨੂੰ ਅੰਦਰ ਖਾਤੇ ਇਹ ਇਤਲਾਹ ਵੀ ਦਿੱਤੀ ਵੀ ਕੋਈ ਗੱਲ ਨਹੀਂ ਅਸੀਂ ਇਹ ਕਰ ਦਿਆਂਗੇ। ਫਿਰ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਉਹ ਕੁੜੀ ਮੁੰਡਾ ਤੇ ਕੁੜੀ ਦਾ ਬਾਪ ਤਿੰਨੇ ਜਾਂਦੇ ਹੈ, ਹਾਂਜੀ, ਜਾ ਕੇ ਉਹ ਆਪਣੀ ਸਾਰੀ ਸਟੋਰੀ ਉੱਥੇ ਦੱਸਦੇ, ਨਰੇਟ ਕਰਦੇ ਤੇ ਉਹ ਤੋਂ ਬਾਅਦ ਜਿਹੜੇ ਉੱਥੇ ਦੇ ਮੁੱਖ ਮੰਤਰੀ ਹੈ ਜੀ ਉਹਨਾਂ ਨੇ ਜੁਡੀਸ਼ੀਅਲ ਇਨਕੁਆਇਰੀ ਦਾ ਆਰਡਰ ਕਰ ਦਿੱਤਾ। ਹਾਂਜੀ ਕਰਤਾ, ਹੁਣ ਅਦਾਲਤ, ਹਾਂਜੀ ਕਰਤਾ ਜੀ ਉਹ ਕਰਤਾ, ਅਦਾਲਤੀ ਇਨਕੁਆਇਰੀ ਦੇ ਵਿੱਚ ਕੀ ਫਾਈਂਡਿੰਗਸ ਨਿਕਲਦੀਆਂ, ਉਹ ਤੋਂ ਬਾਅਦ ਕੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਵੱਖਰੀ ਗੱਲ ਹੈ। ਲੇਕਿਨ ਉਹ ਇਹਨਾਂ ਦੇ ਨਾਲ ਸਾਬਕਾ ਫੌਜੀਆਂ ਦਾ ਇੱਕ ਦਲ ਵੀ ਸੀ ਜੀ, ਉਹ ਵੀ ਉਹਨਾਂ ਦੇ ਨਾਲ ਸੀ ਤੇ ਮੇਰੇ ਖਿਆਲ ਮੁਤਾਬਕ ਦਾਨੇਆਲੀਆ ਸਾਹਿਬ ਅਜਿਹੀਆਂ ਹੀ ਫੋਰਸ ਦੇ ਵਿੱਚ ਅਜਿਹੇ ਬੰਦੇ ਨੂੰ ਤਾਂ ਰੱਖਣਾ ਨਹੀਂ ਚਾਹੀਦਾ। ਨਾ 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 ਇਕੱਲਾ ਕੇਸ ਰਜਿਸਟਰ ਕਰਨ ਨਾਲ ਕਿੰਨੀ ਗੱਲ ਹੈ, 311 ਲਾ ਕੇ ਉਹਨੂੰ SHO ਨੂੰ ਤੇ ਜਿਹਨਾਂ ਲੋਕਾਂ ਨੇ ਬਦਤਮੀਜ਼ੀ ਕੀਤੀ ਉਹਨੂੰ ਤਾਂ ਡਿਸਮਿਸ ਕਰ ਦੇਣਾ ਚਾਹੀਦਾ। ਬਿਲਕੁਲ ਬਿਲਕੁਲ, ਇਹਨੂੰ ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਨਾ 12 ਪੱਥਰੋਂ ਬਾਹਰ ਕਰਨ ਵਾਲੇ ਬੰਦੇ ਹੈ, ਇਹਦਾ ਬੰਦੇ ਫੋਰਸ ਦੇ ਵਿੱਚ ਕੀ ਤਾਂ ਸਮਾਜ ਦੇ ਵਿੱਚ ਰੱਖਣ ਦੇ ਕਾਮਯਾਬ ਨਹੀਂ, ਇਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਜੀ। ਉੱਧਰ ਉਹ ਜਦੋਂ ਮੁਲਾਕਾਤ ਹੋਈ ਹੈ ਜੀ, ਉਹ ਲੜਕੀ ਕਹਿੰਦੀ ਕਹਿੰਦੀ ਮੈਂ ਇੱਕ ਰੈਸਟੋਰੈਂਟ ਚਲਾਉਣੀ ਹੈ, ਕਹਿੰਦੀ ਉੱਥੇ ਪੁਲਿਸ ਕਹਿੰਦੀ ਹਜੇ ਵੀ ਹਰਕਤਾਂ ਤੋਂ ਨਹੀਂ ਆਈ, ਮੇਰੇ ਮੁਲਾਜ਼ਮਾਂ ਨੂੰ ਡਰਾ ਕੇ ਆਈ ਹੈ। ਦੱਸੋ, ਇਹ ਵੀ ਆਮ ਹੁੰਦਾ ਜੀ, ਆਮ ਹੁੰਦਾ ਇਹ ਬਿਹੇਵੀਅਰ ਜਿਹੜਾ ਹੈ, ਪੁਲਿਸ ਦਾ ਬਿਹੇਵੀਅਰ ਹਮੇਸ਼ਾ ਹੀ ਇਹੋ ਜਿਹਾ ਹੁੰਦਾ ਜੀ। ਸੋ ਇੱਕ ਬ੍ਰੇਕ ਲੈਣੇ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ, ਜੁੜੇ ਰਹੋ ਰੇਡੀਓ ਪੰਜਾਬ ਟੁਡੇ। ਭੈਣ ਜੀ, ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ, ਕਿਉਂਕਿ AC ਜਵੈਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਇਹ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2354। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ @559-964-7787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ।
ਮੁਕਾਬਲੇ ਤੇ। ਬਾਈ ਜੀ ਨਵੀਂ DD15 ਚਲਾਉਂਦੇ ਜਾਂ ਪੇਕਾਰ ਮੈਕਸਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL because we care. Quick Truck Lube. ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂਹੁਰੀ। ਅਤੇ ਢਿੱਲੋਂ ਸਾਹਿਬ, ਫਿਰ ਹਰਿਆਣੇ ਦੇ ਵਿੱਚ ਹੁੱਡਾ ਸਾਹਿਬ ਨੇ ਐਲਾਨ ਕਰਤਾ, ਕਹਿੰਦੇ ਸਰਕਾਰ ਬਣਾਓ ਕਿਸਾਨ ਵੀਰੋ, ਭਾਜਪਾ ਨੇ ਤੁਹਾਨੂੰ ਕੁੱਟਿਆ ਵੀ ਹੈ, ਲੁੱਟਿਆ ਵੀ ਹੈ, ਅਤੇ ਅਸੀਂ ਸ਼ੰਭੂ ਬਾਰਡਰ ਵੀ ਖੋਲ੍ਹਾਂਗੇ ਅਤੇ ਹੋਰ ਕੀ ਕੁਛ ਕਰਾਂਗੇ ਜੀ। ਅਸਲ ਦੇ ਵਿੱਚ ਕਿਸਾਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਕੱਠ ਹੋਏ ਆ, ਖਾਸ ਕਰਕੇ ਜੇ ਆਪਾਂ ਦੇਖੀਏ ਹਰਿਆਣੇ ਦੇ ਵਿੱਚ 2-3 ਪੰਚਾਇਤਾਂ ਹੋ ਚੁੱਕੀਆਂ ਜੀ। ਉਹਨਾਂ ਪੰਚਾਇਤਾਂ ਦੇ ਦੌਰਾਨ ਵੀ ਉਹਨਾਂ ਨੇ ਮੰਗ ਕੀਤੀ ਸੀ ਕਿ ਸਾਡਾ ਇਹ ਬਾਰਡਰ ਖੋਲ੍ਹਿਆ ਜਾਵੇ ਜੀ, ਚਾਹੇ ਸੰਯੁਕਤ ਕਿਸਾਨ ਮੋਰਚਾ ਤੇ ਚਾਹੇ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਤੇ ਪਲੱਸ ਉਹਦੇ ਨਾਲ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ, ਕੁਝ ਹੋਰ ਜਥੇਬੰਦੀਆਂ ਦੇ ਲੋਕ ਵੀ ਉਹਨਾਂ ਦੇ ਨਾਲ ਹੈਗੇ ਆ। ਕਈ ਸਟੇਟਾਂ ਤੋਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਉੱਪਰੋਸਲੀ ਜਿਹੜੀਆਂ ਪੰਚਾਇਤਾਂ ਕੀਤੀਆਂ ਉਹਦੇ ਵਿੱਚ ਸੱਦਾ ਦਿੱਤਾ ਸੀ ਜੀ ਕਿ ਇਹ ਸਵਾਲ ਪੁੱਛੇ ਜਾਣ ਪੋਲੀਟੀਕਲ ਬੰਦਿਆਂ ਨੂੰ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ। ਦਿੱਲੀ ਰਾਜਧਾਨੀ ਹੈ, ਕਿਸਾਨਾਂ ਨੂੰ ਉੱਥੇ ਜਾਣ ਦਾ ਹੱਕ ਹੈ, ਕੰਸਟੀਟਿਊਸ਼ਨ ਪ੍ਰੋਟੈਸਟ ਕਰਨ ਦਾ ਰਾਈਟ ਦਿੰਦਾ ਹੈ, ਤੇ ਜਿਹੜਾ ਸੰਵਿਧਾਨਕ ਹੱਕ ਹੈ ਉਸ ਸੰਵਿਧਾਨਕ ਹੱਕ ਤੋਂ ਉਹਨਾਂ ਨੂੰ ਵਿਰਵੇ ਕਿਉਂ ਕੀਤਾ ਜਾ ਰਿਹਾ, ਤੁਸੀਂ ਇਹ ਸਵਾਲ ਪੁੱਛੋ ਜੀ। ਸਿੱਧਾ ਨਹੀਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮੁਖਾਲਫਤ ਕਰਨੀ ਹੈ, ਲੇਕਿਨ ਟੇਢੇ ਢੰਗ ਨਾਲ ਇਹ ਗੱਲ ਕਹਿ ਦਿੱਤੀ ਕਿ ਕਾਂਗਰਸ ਵਾਲਿਆਂ ਨੂੰ ਸਵਾਲ ਪੁੱਛੋ ਤੇ ਇਹਨਾਂ ਨੂੰ ਸਜ਼ਾ ਦਿਓ ਜੀ। ਮਤਲਬ ਇਹੀ ਹੈ ਕਿ ਤੁਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ। ਕੱਲ ਆਪਾਂ ਦੇਖਿਆ ਕਿ ਮਿਸਟਰ ਸੈਣੀ ਹੈ, ਸ਼ਾਇਦ ਉਹ ਨਾਰਾਇਣਗੜ੍ਹ ਕਿ ਨਾਰਾਇਣਪੁਰ ਕੰਸਟੀਟਿਊਂਸੀ ਦੇ ਕੈਂਡੀਡੇਟ ਸੀ ਜੀ, ਉਹ ਕੰਪੇਨ ਵਾਸਤੇ ਗਏ ਸੀ ਤੇ ਉਹਨਾਂ ਨੂੰ ਚਾਰੇ ਪਾਸੋਂ ਟਰੈਕਟਰ ਲਾ ਕੇ ਤੇ ਘੇਰਾ ਪਾ ਲਿਆ। ਕਾਫੀ ਲੰਬਾ ਸਮਾਂ ਕਿਸਾਨਾਂ ਨੇ ਉਹਨਾਂ ਨੂੰ ਆਪਣੇ ਹਿਰਾਸਤ ਦੇ ਵਿੱਚ ਰੱਖਿਆ, ਬੰਧਕ ਬਣਾ ਕੇ ਰੱਖਿਆ ਜੀ। ਉਹਦਾ ਮਤਲਬ ਇਹੀ ਹੈ ਕਿ ਉਹ ਅਸਲ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਜੋ ਜਿਸ ਕਿਸਮ ਦਾ ਉਤਸ਼ਾਹ ਮਿਲਦਾ ਹੈ ਉਹਨਾਂ ਦੇ ਜੋ ਲੀਡਰਾਂ ਵੱਲੋਂ ਕਿਹਾ ਜਾਂਦਾ ਹੈ ਉਹਦਾ ਨਤੀਜਾ ਹੀ ਹੈ ਨਾ। ਐਵੇਂ ਤਾਂ ਹੈ ਨੀ ਵੀ ਆਪਦੀ ਮਰਜ਼ੀ ਨਾਲ ਹੋ ਜਾਇਆ ਕੁਛ ਕਰ। ਹਾਂਜੀ, ਪੁਲਿਸ ਪਹੁੰਚਦੀ ਹੈ 1.5 ਘੰਟੇ ਦੀ ਜੱਦੋਜਹਿਦ ਹੁੰਦੀ ਹੈ, 1.5 ਘੰਟੇ ਦੀ ਜੱਦੋਜਹਿਦ ਦੇ ਬਾਵਜੂਦ ਵੀ ਜਦੋਂ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਕੈਂਡੀਡੇਟ ਨੂੰ ਜੀ, ਉਹ ਵੀ ਰੂਲਿੰਗ ਪਾਰਟੀ ਦਾ ਕੈਂਡੀਡੇਟ ਜਿਹਨਾਂ ਦਾ ਅਜੇ ਤੱਕ ਤਾਂ ਰਾਜ ਭਾਗ ਹੈਗਾ ਨਾ ਹਰਿਆਣੇ ਦੇ, ਹਾਂਜੀ, ਤੇ ਫਿਰ ਲਾਠੀ ਚਾਰਜ ਕਰਕੇ ਉਸ ਬੰਦੇ ਨੂੰ ਛੁਡਵਾਇਆ ਜਾਂਦਾ ਹੈ ਜੀ। ਇਹਦੇ ਤੇ ਹੁਣ ਪੋਲਿਟਿਕਸ ਜਿਹੜੀ ਹੈਗੀ ਹੈ ਕਿਸਾਨੀ ਤੇ ਹੋ ਰਹੀ ਹੈ। ਆਪਾਂ ਨੂੰ ਪਤਾ ਇਸ ਗੱਲ ਦਾ ਕਿ 700 ਤੋਂ ਉੱਪਰ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਜੀ, ਲੰਬਾ ਸਮਾਂ ਕਿਸਾਨ ਜਿਹੜੇ ਹੈ 1 ਸਾਲ ਤੋਂ ਉੱਪਰ ਸਮਾਂ ਉੱਥੇ ਧਰਨੇ ਤੇ ਬੈਠੇ ਰਹੇ ਹੈ। ਫਿਰ ਅਹਿਸਾਸ ਹੋਇਆ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਗੱਲ ਗਲਤ ਹੋ ਗਈ ਤੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਉਹਨਾਂ ਨੇ ਐਲਾਨ ਕੀਤਾ ਕਿ ਕਾਲੇ ਕਾਨੂੰਨ ਵਾਪਸ ਲੈਣੇ ਆ ਜੀ। ਇਹ ਵੀ ਉਹਨਾਂ ਨੇ ਕਿਹਾ ਕਿ ਸ਼ਾਇਦ ਮੇਰੀ ਤਪੱਸਿਆ ਦੇ ਵਿੱਚ ਕੋਈ ਕਮੀ ਰਹਿ ਗਈ ਜੀ, ਮੈਂ ਤੁਹਾਨੂੰ ਕਨਵਿੰਸ ਨਹੀਂ ਕਰ ਸਕਿਆ। ਇਹਦੇ ਬਾਵਜੂਦ ਵੀ ਕਿਸਾਨਾਂ ਨੇ ਤੁਹਾਨੂੰ ਯਾਦ ਹੋਣਾ ਕਿ ਉੱਥੋਂ ਉਹਨਾਂ ਨੇ ਨਹੀਂ ਸੀ ਧਰਨਾ ਚੁੱਕਿਆ ਜੀ। ਫਿਰ ਪਰਦੇ ਦੇ ਪਿੱਛੇ ਗੱਲਾਂ ਸ਼ੁਰੂ ਹੋਈਆਂ, ਉਹਨਾਂ ਨੇ ਕਿਹਾ ਕਿ ਸਾਨੂੰ ਘੱਟੋ ਘੱਟ ਜਿਹੜੀ ਹੈ MSP ਦਿਓ ਤੇ MSP ਦੀ ਕਾਨੂੰਨੀ ਗਰੰਟੀ ਵੀ ਚਾਹੀਦੀ ਹੈ। ਇਹ ਗੱਲਾਂ ਕਹਿ ਦਿੱਤੀਆਂ ਸੀ ਕਿ ਕੋਈ ਗੱਲ ਨਹੀਂ ਤੁਹਾਨੂੰ ਇਹ ਕੁਛ ਵੀ ਦੇ ਦਿਆਂਗੇ ਜੀ। ਡਿਮਾਂਡ ਉਹਨਾਂ ਦੀ ਇਹ ਵੀ ਸੀ ਕਿ ਜਿਹੜੇ ਸਾਡੇ ਸਾਥੀ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਔਰ ਜਿਹੜੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਆ ਉਹ ਸਾਰੇ ਕੇਸ ਵਾਪਸ ਲਏ ਜਾਣ, ਕਿਉਂਕਿ ਪੰਜਾਬ ਦੇ ਵਿੱਚ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਸੀ, ਪੰਜਾਬ ਦੇ ਵਿੱਚ
ਮੁਆਵਜ਼ਾ ਵੀ ਦਿੱਤਾ ਜਾਂਦਾ ਸੀ ਔਰ ਇਹ ਚੱਲਣ ਪੰਜਾਬ ਚ ਅੱਜ ਤੱਕ ਜਾਰੀ ਹੈ ਜੀ ਇੱਕ ਅੱਧਾ ਦਿਨ ਪਹਿਲਾਂ ਹੀ ਆਪਾਂ ਡਿਸਕਸ ਕੀਤਾ ਸੀ ਕਿ ਹੁਣ ਵੀ 30 ਪਰਿਵਾਰਾਂ ਨੂੰ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਕੁੜੀਆਂ ਨੇ ਨਿਯੁਕਤੀ ਪੱਤਰ ਦਿੱਤੇ ਔਰ ਕਿਹਾ ਕਿ ਲੋਕ ਖੇਤੀਬਾੜੀ ਵਿਭਾਗ ਚ ਕੰਮ ਕਰਨਗੇ ਲੇਕਿਨ ਕਈ ਥਾਵਾਂ ਦੇ ਉੱਤੇ ਤਾਂ ਇਹ ਅੜਿੱਕਾ ਲਾ ਤਾ ਕਿ ਜੀ ਸੈਂਟਰਲ ਫੋਰਸਿਸ ਨੇ ਪਰਚੇ ਦਰਜ ਕੀਤੇ ਹੋਏ ਆ ਸਟੇਟ ਗੌਰਮੈਂਟਸ ਨਹੀਂ ਲੈ ਸਕਦੀਆਂ ਜੀ ਤੇ ਨਾਲ ਕਈ ਥਾਵਾਂ ਦੇ ਉੱਤੇ ਜਿਹੜੀਆਂ ਸਟੇਟ ਗੌਰਮੈਂਟਸ ਨੇ ਵੀ ਨਹੀਂ ਲਈਆਂ ਜਿਵੇਂ ਹੁਣ ਰੇਲਵੇ ਵਗੈਰਾ ਤਾਂ ਆਪਾਂ ਸੈਂਟਰ ਵਾਲੀ ਗੱਲ ਕਹਿ ਸਕਦੇ ਹਾਂ ਹਾਂਜੀ ਇਸ ਮੁੱਦੇ ਨੂੰ ਲੈ ਕੇ ਦੇ ਨਾਲ ਵੀ ਕਾਨੂੰਨੀ ਗਰੰਟੀ ਦਿਓ ਜੀ ਸਾਨੂੰ ਉਹ ਵੀ ਤੇ ਇਹਦੇ ਨਾਲ ਵੀ ਆਪਾਂ ਨੂੰ ਪਤਾ ਇਸ ਗੱਲ ਦਾ ਕਿ ਕਿਸਾਨ ਜਦੋਂ ਇਹੋ ਜਿਹੀ ਸਥਿਤੀ ਹੋ ਜਾਏ ਕਿਸਾਨ ਜਿੱਤ ਪ੍ਰਾਪਤ ਕਰ ਲੈਣ ਤੇ ਫਿਰ ਈਗੋ ਵੀ ਆ ਜਾਂਦੀ ਹੈ ਤੂੰ ਵੱਡਾ ਕਿ ਮੈਂ ਵੱਡਾ ਉਹ ਕਿਸਾਨ ਇੱਕ ਦੂਜੇ ਤੋਂ ਵੱਡਾ ਸਾਬਤ ਕਰਨ ਵੀ ਲੱਗ ਗਏ ਮੈਂ ਵੱਡਾ ਸੀ ਆਹ ਵੱਡਾ ਹੁਣ ਐਡੀ ਤੁਸੀਂ ਦੇਖੋਗੇ ਪਾਰਲੀਮੈਂਟ ਦੀ ਇਲੈਕਸ਼ਨ ਵੇਲੇ ਜਦੋਂ ਚੋਣ ਜ਼ਾਬਤਾ ਲੱਗਿਆ ਹੋਇਆ ਸੀ ਉਦੋਂ ਕੋਈ ਤੁੱਕ ਬਣਦੀ ਸੀਗੀ ਇੰਨਾ ਲੰਬਾ ਧਰਨਾ ਲਾ ਕੇ ਰੱਖਿਆ ਗਿਆ ਪਰ ਉਹ ਰੱਖਿਆ ਗਿਆ ਉਦੋਂ ਵੀ ਕਿੰਤੂ ਪਰੰਤੂ ਸਾਰਾ ਹੋਇਆ ਸੀ ਕਿ ਕਿਵੇਂ ਹੋਇਆ ਤੇ ਕੀ ਹੋਇਆ ਖੈਰ ਉਸ ਗੱਲ ਨੂੰ ਆਪਾਂ ਛੱਡ ਦਈਏ ਹੁਣ ਇਸ ਵੇਲੇ ਜਿਹੜੀ ਹੈ ਤੁਹਾਨੂੰ ਪਤਾ ਵੀ ਇਲੈਕਸ਼ਨ ਉੱਪਰ ਆ ਗਈ ਤੇ ਕਰਨਾ ਕੀ ਚਾਹੀਦਾ ਜੀ ਇਹ ਜਦੋਂ ਵਾਰੀ ਵਾਰੀ ਗੱਲ ਕਹੀ ਦੀ ਹੈ ਤੇ ਹੁਣ ਕਿਸਾਨਾਂ ਦੇ ਰੌਣ ਨੂੰ ਸਮਝਦੇ ਆ ਭੁਪਿੰਦਰ ਸਿੰਘ ਹੁੱਡਾ ਜਿਹੜੇ ਮੁੱਖ ਮੰਤਰੀ ਬਣਨ ਦੇ ਵੱਡੇ ਇਸ਼ਕਾ ਦਾਅਵੇਦਾਰ ਹੈ ਤੇ ਟਿਕਟਾਂ ਵੀ ਜ਼ਿਆਦਾਤਰ ਉਹਨਾਂ ਦੀ ਮਰਜ਼ੀ ਨਾਲ ਉਹਨਾਂ ਦੇ ਬੰਦਿਆਂ ਨੂੰ ਦਿੱਤੀਆਂ ਗਈਆਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਜਿਹੜੇ ਇਹ ਬਾਰਡਰ ਹੈ ਇਹ ਬਾਰਡਰ ਖੋਲ੍ਹ ਦਿਆਂਗੇ ਜੀ ਕਿਸਾਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਹੀਂ ਪਾਵਾਂਗੇ ਅੰਨਦਾਤਾ ਅੰਨਦਾਤਾ ਉੱਥੇ ਜਾ ਸਕਦਾ ਹੈ ਜੀ ਜਦੋਂ ਇਸ ਕਿਸਮ ਦੀ ਕੋਈ ਸਟੇਟਮੈਂਟ ਆਉਂਦੀ ਹੈ ਕਿਸੇ ਵੱਡੇ ਬੰਦੇ ਦੀ ਜਿਹੜਾ ਸਰਕਾਰ ਬਣਾਉਣ ਦੇ ਦਾਅਵੇ ਕਰ ਰਿਹਾ ਹੋਵੇ ਕਿ ਮੇਰੀ ਸਰਕਾਰ ਬਣ ਜਾਣੀ ਹੈ ਤਾਂ ਵੋਟਰ ਪ੍ਰਭਾਵਿਤ ਹੁੰਦਾ ਹੈ ਜੀ ਔਰ ਵੋਟਰ ਵੋਟ ਪਾਉਂਦਾ ਉਹਨਾਂ ਨੂੰ ਖਾਸ ਕਰਕੇ ਕਿਸਾਨੀ ਵਾਲੇ ਪਾਸਿਓਂ ਤੇ ਪਹਿਲਾਂ ਵੀ ਆਪਾਂ ਦੇਖਿਆ ਕਿ ਕਿਸਾਨੀ ਵਾਲਾ ਮਾਮਲਾ ਕਿਸੇ ਜ਼ਮਾਨੇ ਦੇ ਵਿੱਚ ਕਿਸਾਨੀ ਹੁੰਦੀ ਸੀ ਚੁਟਾਲਾ ਪਰਿਵਾਰ ਦੇ ਨਾਲ ਜੀ ਚੁਟਾਲਾ ਪਰਿਵਾਰ ਜਿਹੜਾ ਉਹ ਖੱਖੜੀਆਂ ਕਰੇਲੇ ਹੋ ਗਿਆ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਦੇ ਵਿੱਚ ਆਪਣੀ ਸਰਕਾਰ ਬਣਾਉਣ ਵਾਸਤੇ ਜਿਹੜਾ ਉਹ ਗੈਰ ਜਾਟ ਜੀ ਉਹਨਾਂ ਨੇ ਇੱਕ ਮੋਰਚਾ ਬਣਾਇਆ ਸੀ ਜਿਹਦੇ ਵਿੱਚ ਪੰਜਾਬੀ ਲੋਕ ਹੋ ਗਏ ਜਿਹਦੇ ਵਿੱਚ ਹੋਰ ਓ ਬੀ ਸੀ ਵਗੈਰਾ ਜਾਤਾਂ ਹੋ ਗਈਆਂ ਜੀ 36 ਜਾਤਾਂ ਵਾਲਾ ਜਿਹੜਾ ਉਸ ਚੱਲਦਾ ਹੁੰਦਾ ਉੱਥੇ ਇੱਕ ਮੁਹਾਵਰਾ ਉਸ ਮੁਹਾਵਰੇ ਦੇ ਤਹਿਤ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਉੱਥੇ ਆਪਣੀ ਸਰਕਾਰ ਬਣਾਈ ਸੀ ਉਹਦੇ ਨਾਲ ਉੱਥੇ ਬਿਲਕੁਲ ਵਰਚੁਅਲ ਜਿਹੜੀ ਆਪਾਂ ਕਹਿ ਸਕਦੇ ਹਾਂ ਉਹ ਹੋ ਗਈ ਹੈ ਡਿਵੀਜ਼ਨ ਹੋ ਗਈ ਹੈ ਜੀ ਉਸ ਡਿਵੀਜ਼ਨ ਦੇ ਵਿੱਚੋਂ ਕੌਣ ਕਿਹਦੇ ਨਾਲ ਹੈ ਕਿਉਂਕਿ ਜਿਹੜਾ ਦੁਸ਼ਯੰਤ ਸਿੰਘ ਚੁਟਾਲਾ ਇਹ ਤਾਂ ਭਾਰਤੀ ਜਨਤਾ ਪਾਰਟੀ ਨਾਲ ਕੋਲੀਸ਼ਨ ਚ ਸ਼ਾਮਿਲ ਸੀ ਜੀ ਜੀ ਡਿਪਟੀ ਮੁੱਖ ਮੰਤਰੀ ਸੀ ਹਰਿਆਣੇ ਚ ਤੇ ਇਹਦਾ ਉਸ ਵੇਲੇ ਨੇ ਹਮਾਇਤ ਕੀਤੀ ਸੀ ਉਹਨਾਂ ਕਾਲੇ ਕਾਨੂੰਨਾਂ ਦੀ ਉਹਦਾ ਵੀ ਜਿਹੜਾ ਪ੍ਰਭਾਵ ਘੱਟ ਗਿਆ ਉਹਦੇ ਆਪਦੇ ਬੰਦੇ ਛੱਡ ਕੇ ਕਈ ਭਾਜਪਾ ਚਲੇ ਗਏ ਤੇ ਕੁਛ ਕਾਂਗਰਸ ਦੇ ਵਿੱਚ ਚਲੇ ਗਏ ਇਹ ਗੱਲ ਉਹਦੀ ਵੀ ਨਹੀਂ ਬਣਦੀ ਇਹ ਠੀਕ ਹੈ ਕਿ ਦੋਨਾਂ ਜਿਹੜੀਆਂ ਹੈਗੀਆਂ ਦਲਿਤ ਧਿਰਾਂ ਚਾਹੇ ਉਹ ਮਾਇਆਵਤੀ ਹੋਵੇ ਚਾਹੇ ਉਹ ਚੰਦਰ ਸ਼ੇਖਰ ਆਜ਼ਾਦ ਹੋਵੇ ਜੀ ਉਹਨਾਂ ਨੇ ਦੋਨਾਂ ਪਰਿਵਾਰ ਦੇ ਦੋਨਾਂ ਗਰੁੱਪਾਂ ਦੇ ਨਾਲ ਸਮਝੌਤੇ ਕਰ ਲਏ ਦਲਿਤ ਵੋਟ ਉੱਥੇ ਵੰਡੀ ਜਾਊਗੀ ਜੀ ਇਹ ਖਦਸ਼ਾ ਹੈ ਪਰ ਇਹਦੇ ਬਾਵਜੂਦ ਜੋ ਇੱਕ ਕਿਸਮ ਦੀ ਹਨੇਰੀ ਚੱਲੀ ਹੋਈ ਹੈ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਔਖੇ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਤਾਂ ਹੁਣ ਹੁੱਡਾ ਨੇ ਇਹ ਬਿਆਨ ਦਿੱਤਾ ਕਿ ਜੀ ਅਸੀਂ ਖੋਲ੍ਹ ਦਿਆਂਗੇ ਤੁਹਾਡੇ ਦਰ ਤੁਹਾਨੂੰ ਰੋਕਾਂਗੇ ਨਹੀਂ ਤੁਸੀਂ ਜਾ ਸਕਦੇ ਹੋ ਉੱਥੇ ਜੀ ਉਹ ਇੱਕ ਮਤਲਬ ਹੈ ਮੈਨੂੰ ਲੱਗਦੀ ਵੀ ਐਟ ਦੀ ਮਤਲਬ ਐਂਡ ਆਫ ਦੀ ਕੰਪੇਨ ਜੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਤਾਂ ਇਹਦਾ ਮਤਲਬ ਹੈ ਕਿ ਉਹ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਜੀ ਜੇ ਵੋਟਰ ਪ੍ਰਭਾਵਿਤ ਹੋ ਕੇ ਉਹਨੂੰ ਵੋਟ ਪਾਉਂਦੇ ਆ ਕਿਸਾਨ ਤਾਂ ਨੈਚੁਰਲੀ ਕਾਂਗਰਸ ਨੂੰ ਇਹਦਾ ਫਾਇਦਾ ਹੋਊਗਾ ਜੀ ਤੇ ਉਧਰ ਕੁਮਾਰੀ ਸ਼ੈਲਜਾ ਨੇ ਵੀ ਕਹਿੰਦੇ ਫਿਰ ਬੀਜੇਪੀ ਦੇ ਆਗੂਆਂ ਨੂੰ ਕਹਿੰਦੇ ਸ਼ੀਸ਼ਾ ਦਿਖਾਇਆ ਨਹੀਂ ਸ਼ੀਸ਼ਾ ਤਾਂ ਦਿਖਾਉਣਾ ਹੀ ਸੀ ਪਰ ਸ਼ੀਸ਼ਾ ਪਹਿਲਾਂ ਜਿਹੜਾ ਹੈਗਾ ਧੁੰਦਲਾ ਆਪਦਾ ਹੀ ਕਰੀ ਬੈਠੀ ਸੀ ਨਾ ਸ਼ੈਲਜਾ ਹਾਂਜੀ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਹਰਿਆਣੇ ਦੇ ਵਿੱਚ ਜਿੰਨੇ ਮਤਲਬ ਜਿਹੜੇ ਨਾ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਦਾ ਉਹਦਾ ਇੱਕ ਹੈ ਉਂਜ ਕੁੱਲ ਮਿਲਾ ਕੇ ਆਪਾਂ ਹਰਿਆਣੇ ਦੀ ਗੱਲ ਕੀ ਕਰੀਏ ਉੱਤਰੀ ਭਾਰਤ ਦੀਆਂ ਸਟੇਟਾਂ ਦਾ ਹਾਲ ਇਹ ਹੋਈ ਹੈ ਜੀ ਉੱਤਰੀ ਭਾਰਤ ਦੀਆਂ ਚਾਹੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਪੰਜਾਬ ਹੋਵੇ ਹਿਮਾਚਲ ਨੂੰ ਥੋੜਾ ਜਿਹਾ ਚੜ੍ਹਦੀ ਹਿਮਾਚਲ ਦੀ ਵੀ ਹਾਲਤ ਇਹ ਜੀ ਹੈ ਜੀ
ਯੂਪੀ ਹੋਵੇ, ਇੱਥੇ ਜਿਹੜਾ ਹੈਗਾ ਨਾ ਵੀ ਹਰ ਇੱਕ ਬੰਦਾ ਚਾਹੁੰਦਾ ਕਿ ਮੁੱਖ ਮੰਤਰੀ ਮੈਂ ਬਣਾ। ਇਹ ਠੀਕ ਹੈ, ਰੀਜਨਲ ਪਾਰਟੀਆਂ ਇਸ ਗੱਲ ਤੋਂ ਬਚੀਆਂ ਹੋਈਆਂ, ਉਹਨਾਂ ਨੂੰ ਇਹ ਹੈ ਕਿ ਪਰਿਵਾਰ ਦੀ ਪਾਰਟੀ ਹੈ, ਜਿਹੜਾ ਮਰਜ਼ੀ ਹੈ ਜਿਹਨੂੰ ਜੋ ਉਹ ਆਪਦੇ ਘਰੋਂ ਬਣਾ ਲੈਣ। ਅਖਿਲੇਸ਼ ਸਿੰਘ ਯਾਦਵ ਦੀ ਹਾਲਤ ਵੀ ਇਹੀ ਹੈ ਤੇ ਸੁਖਬੀਰ ਸਿੰਘ ਬਾਦਲ ਦੀ ਹਾਲਤ ਵੀ ਇਹੀ ਹੈ, ਲੇਕਿਨ ਬਾਕੀ ਪਾਰਟੀਆਂ ਦੀ ਹਾਲਤ ਨਹੀਂ ਹੈ ਜਿਹੜੀਆਂ ਨੈਸ਼ਨਲ ਪਾਰਟੀਆਂ। ਜੇ ਆਪਾਂ ਹਰਿਆਣੇ ਦੇ ਵਿੱਚ ਦੇਖੀਏ ਤਾਂ ਉੱਥੇ ਇੱਕ ਧੜਾ ਭੁਪਿੰਦਰ ਸਿੰਘ ਹੁੱਡਾ ਦਾ ਹੈ, ਇੱਕ ਧੜਾ ਉੱਥੇ ਜਿਹੜਾ ਹੈਗਾ ਰਣਦੀਪ ਸਿੰਘ ਸੁਰਜੇਵਾਲਾ ਦਾ ਹੈ, ਔਰ ਸੁਰਜੇਵਾਲਾ ਵੀ ਆਪਣੇ ਆਪ ਨੂੰ ਬਹੁਤ ਰਾਹੁਲ ਗਾਂਧੀ ਦੇ ਕਰੀਬ ਸਮਝਦਾ ਹੈ। ਇੱਕ ਧੜਾ ਜਿਹੜਾ ਹੈਗਾ ਉਹ ਕੁਮਾਰੀ ਸ਼ੈਲਜਾ ਦਾ ਹੈ, ਤੇ ਕੁਮਾਰੀ ਸ਼ੈਲਜਾ ਜਿਹੜੀ ਹੈਗੀ ਹੈ ਉਹ ਦਲਿਤ ਆਗੂ ਹੈ, ਉਹ ਲੰਬੇ ਸਮੇਂ ਤੋਂ ਨੈਸ਼ਨਲ ਪੋਲੀਟਿਕਸ ਦੇ ਵਿੱਚ ਹੈ, ਕਾਂਗਰਸ ਪਾਰਟੀ ਦੀ ਜਨਰਲ ਸੈਕਟਰੀ ਹੈ, ਔਰ ਦਲਿਤ ਭਾਈਚਾਰੇ ਦੇ ਵਿੱਚ ਹੋਰ ਕੋਈ ਐਡਾ ਵੱਡਾ ਲੀਡਰ ਹੈ ਨਹੀਂ, ਉਹ ਹੈ ਉਹ ਪ੍ਰਭਾਵਿਤ ਕਰਦੀ ਹੈ ਉਹਨਾਂ ਨੂੰ। ਤਾਂ ਉਹਦੇ 'ਚ ਜਿਹੜੀ ਟਿਕਟਾਂ ਦੀ ਵੰਡ ਨੂੰ ਮਾਮਲੇ ਨੂੰ ਲੈ ਕੇ ਆਇਆ ਕਿ ਉਹ ਟਿਕਟਾਂ ਜਿੰਨੀਆਂ ਮੰਗਦੀ ਸੀ ਉਨੀਆਂ ਟਿਕਟਾਂ ਤੱਕ ਕੀਮ ਦੇਣੀਆਂ ਸੀ, ਉਹ ਆਪਦੇ ਭਰਾ ਵਾਸਤੇ ਟਿਕਟ ਮੰਗਦੀ ਸੀ ਉਹ ਵੀ ਨਹੀਂ ਦਿੱਤੀ ਗਈ ਸੀ। ਜੇ ਦੇਖੀਏ ਤਾਂ ਰਣਦੀਪ ਸਿੰਘ ਸੁਰਜੇਵਾਲੇ ਦੇ ਬੇਟੇ ਨੂੰ ਵੀ ਟਿਕਟ ਦੇ ਦਿੱਤੀ ਹੈ, ਤੇ ਇਹਨਾਂ ਤਾਂ ਆਪਣੀਆਂ ਸੀਟਾਂ ਬਹੁਤ ਲੈ ਕੇ ਚਲੇ ਗਏ ਹੈ ਹੁੱਡਾ ਸਾਹਿਬ ਜੀ। ਤਾਂ ਇਹੀ ਜਿਹੜਾ ਹੈਗਾ ਹਾਲ ਦੂਜਿਆਂ ਦਾ ਵੀ ਹੈ ਜੀ। ਜੇ ਆਪਾਂ ਦੇਖੀਏ ਵਰਿੰਦਰ ਸਿੰਘ ਤਾਂ ਕਾਂਗਰਸ ਚੋਂ ਛੱਡ ਕੇ ਬੀਜੇਪੀ ਚਲਾ ਗਿਆ ਸੀ, ਫਿਰ ਕਾਂਗਰਸ ਦੇ ਵਿੱਚ ਆ ਗਿਆ ਲੀਡਰ, ਉਹ ਵੀ ਵੱਡਾ ਹੈ ਜੀ, ਉਹਦੇ ਧੜੇ ਨੂੰ ਵੀ ਬਹੁਤੀਆਂ ਸੀਟਾਂ ਨਹੀਂ ਮਿਲੀਆਂ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਇੱਕ ਪਾਸੇ ਹੁੱਡਾ ਹੈ, ਇੱਕ ਪਾਸੇ ਸ਼ੈਲਜਾ ਹੈ, ਬਾਕੀ ਬੰਦੇ ਭਾਵੇਂ ਡੋਡੀ ਹੈ ਲੇਕਿਨ ਉਹ ਸ਼ੈਲਜਾ ਦੇ ਨਾਲ ਖੜੇ, ਇਸ ਗੱਲ ਕਰਕੇ ਕਿ ਹੁੱਡੇ ਦੇ ਰਾਹ ਦੇ ਵਿੱਚ ਰੁਕਾਵਟ ਪਈ ਜਾਵੇ ਜੀ। ਤੇ ਉਸੇ ਦੀ ਕੰਸਟੀਚੁਸੀ ਕਿਸੇ MLA ਦੀ ਕੰਸਟੀਚੁਸੀ ਦੇ ਵਿੱਚ ਕੋਈ ਕੱਟ ਸੀਗਾ, ਤੇ ਉੱਥੇ ਬੁਲਾਰੇ ਨੇ ਬੋਲਦਿਆਂ ਬੋਲਦਿਆਂ ਕੁਛ ਇਹੋ ਜਿਹੇ ਜਾਤੀ ਸੂਚਕ ਅਪਸ਼ਬਦ ਕਹਿਤੇ ਜੀ, ਉਹਨੇ ਬਲਦੀ ਦੇ ਉੱਤੇ ਘਿਓ ਦਾ ਕੰਮ ਕੀਤਾ, ਤੇ ਬੀਬੀ ਸ਼ੈਲਜਾ ਜਿਹੜੀ ਹੈਗੀ ਹੈ ਬਿਲਕੁਲ ਆਪਦੇ ਘਰੇ ਬਹਿ ਗਈ ਜੀ। ਰਾਹੁਲ ਗਾਂਧੀ ਦੇਸ਼ ਤੋਂ ਬਾਹਰ ਸੀਗਾ, ਮਨਾਉਣ ਵਾਲਾ ਕੋਈ ਹੈ ਨਹੀਂ ਸੀ, ਤੇ ਐਵੇਂ ਮੰਨਣ ਵਾਲੀ ਉਹ ਹੈ ਨਹੀਂ, ਆਪ ਵੀ ਹੈ ਨਹੀਂ ਗੀ ਹਾਂਜੀ। ਉਹ ਮੁੱਖ ਮੰਤਰੀ ਬਣਨ ਦੀ ਦਾਅਵੇਦਾਰ ਸੀ, ਉਹਨੇ ਵੀ ਇਹ ਕੋਸ਼ਿਸ਼ ਕੀਤੀ ਸੀ ਕਿ ਮੈਨੂੰ ਟਿਕਟ ਦਿੱਤੀ ਜਾਵੇ, ਪਰ ਉਹਨਾਂ ਨੇ ਫੈਸਲਾ ਕਰ ਲਿਆ ਵੀ MP ਨੂੰ ਟਿਕਟ ਨਹੀਂ ਦੇਣੀ ਜੀ। ਚਲੋ ਉਹਨੇ ਉਹਦੇ ਸਬਰ ਕਰ ਲਿਆ, ਉਹਦੇ ਗਰੁੱਪ ਨੂੰ ਵੀ ਟਿਕਟਾਂ ਨਾ ਮਿਲ ਗਿਆ, ਤਾਂ ਉਹ ਘਰੇ ਬਹਿ ਗਈ, ਤੇ ਮੁੜ ਕੇ ਉਹਦੇ ਖਿਲਾਫ਼ ਜਾਤੀ ਸੂਚਕ ਸ਼ਬਦ ਵੀ ਕਹਿਤੇ ਜੀ। ਤੇ ਫਿਰ ਦੇਖਿਆ ਕਿ ਦਲਿਤ ਭਾਈਚਾਰਾ ਜਿਹੜਾ ਟੁੱਟ ਰਿਹਾ ਜੀ, ਔਰ ਜਿਹੜਾ ਚੁਟਾਲੇ ਦੇ ਜਿਹੜੇ ਚੁਟਾਲਾ ਫੈਕਸ਼ਨ ਹੈ, ਦੋਨੋਂ ਫੈਕਸ਼ਨ ਜਿਹੜੇ ਹੈਗੇ ਆ ਦਲਿਤ ਪਾਰਟੀਆਂ ਨੇ ਸਮਝੌਤਾ ਉਧਰ ਕਰ ਲਿਆ ਜੀ, ਤਾਂ ਉਹ ਵੀ ਦੱਸਿਆ ਵੀ ਇਹ ਗੱਲ ਗੜਬੜ ਹੋ ਸਕਦੀ ਹੈ, ਕਿਤੇ ਬਣੀ ਬਣਾਈ ਖੇਡ ਨਾ ਖਤਮ ਹੋ ਜਾਏ, ਆਪਾਂ ਸਰਕਾਰ ਬਣਾਉਣ ਚੱਲੇ ਆ, ਕਿਤੇ ਬੀਜੇਪੀ ਦਾ ਦਾਅ ਨਾ ਲਵਾ ਦਈਏ ਆਪ ਜੀ, ਫਿਰ ਲਾਲਾ ਲਾਲਾ ਹੋਈ। ਇਹ ਤੋਂ ਪਹਿਲਾਂ ਤੁਹਾਡੇ ਧਿਆਨ ਚੋਂ ਨਾ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਬੀਬੀ ਸ਼ੈਲਜਾ ਤੇਰੀ ਇੱਥੇ ਹੈ ਨੀ ਕੋਈ ਭੁਗਤ, ਤੂੰ ਆ ਜਾ ਬੀਜੇਪੀ ਚ ਜੀ, ਇਹ ਗੱਲ ਵੀ ਆ ਗਈ ਸੀ, ਕਿਸੇ ਨੇ ਟਾਈਮ ਵੀ ਦਿੱਤਾ ਸੀ ਕਿ 25 ਤਾਰੀਖ ਨੂੰ ਸ਼ਾਇਦ ਸ਼ੈਲਜਾ ਬੀਜੇਪੀ ਚਲੀ ਜਾਵੇ ਜੀ। ਉੱਤੋਂ ਅਮਿਤ ਸ਼ਾਹ ਜੀ ਆ ਗਏ, ਅਮਿਤ ਸ਼ਾਹ ਹੋਰਾਂ ਨੇ ਆ ਕੇ ਰਾਜ ਹੀ ਕਰਤਾ, ਕਹਿੰਦੇ ਜੀ ਕਾਂਗਰਸ ਪਾਰਟੀ ਤਾਂ ਦਲਿਤਾਂ ਦੀ ਇਨਸਲਟ ਕਰਦੀ ਹੈ ਜੀ। ਪਹਿਲਾਂ ਇਹਨਾਂ ਨੇ ਉਹਨੂੰ ਅਸ਼ੋਕ ਤੰਵਰ ਨੂੰ ਦਬਲਿਆ, ਫਿਰ ਇਹ ਹੁਣ ਬੀਬੀ ਸ਼ੈਲਜਾ ਦੇ ਮਗਰ ਪੈ ਗਏ ਹੈ ਜੀ, ਔਰ ਸ਼ੈਲਜਾ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਤੁਸੀਂ ਆ ਜਾਓ। ਇਨ ਦੀ ਮੀਨ ਟਾਈਮ ਜਿਹੜੇ ਹੈ, ਕੱਲ ਹੀ ਇੱਕ ਸੀਗਾ ਜਲਸਾ ਸੀਗਾ ਜਿਹਨੂੰ ਖੜਗੇ ਨੇ ਸੰਬੋਧਨ ਕਰਨਾ ਸੀ ਜੀ, ਪਰ ਖੜਗੇ ਨੇ ਆਖਰੀ ਸਮੇਂ ਦੇ ਉੱਤੇ ਰੱਦ ਕਰਤਾ। ਫਿਰ ਰਣਦੀਪ ਸਿੰਘ ਸੁਰਜੇਵਾਲ ਦੇ ਇਹਦਾ ਬਿਆਨ ਆਉਂਦਾ ਕਿ ਅਗਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਇੱਕ ਦੋ ਦਿਨਾਂ ਦੇ ਵਿੱਚ ਮੈਂ ਵੀ ਜਾਊਂ ਤੇ ਮੇਰੀ ਭੈਣ ਸ਼ੈਲਜਾ ਵੀ ਜਾਊ, ਅਸੀਂ ਕੰਪੇਨ ਕਰਾਂਗੇ ਜੀ। ਉਦੋਂ ਤੱਕ ਇਹ ਗੱਲ ਆ ਗਈ ਸੀ, ਉਦੋਂ ਤੱਕ ਇਹ ਗੱਲ ਸਾਹਮਣੇ ਆ ਗਈ ਸੀ ਕਿ ਰਾਹੁਲ ਗਾਂਧੀ ਨੇ ਇੱਕ ਮੈਸੇਜ ਕੀਤਾ ਜੀ ਬਾਹਰੋਂ ਸ਼ੈਲਜਾ ਨੂੰ ਕਿ ਤੁਸੀਂ ਖੜਗੇ ਨੂੰ ਮਿਲੋ। ਫਿਰ ਉਹ ਖੜਗੇ ਕੋਲੇ ਗਈ, ਖੜਗੇ ਨਾਲ ਗੱਲ ਜਾ ਕੇ ਉਹਨੇ ਫਿਰ ਉਹੀ ਗੱਲ ਕੀਤੀ ਕਿ ਹੂ ਵਿਲ ਵੀ ਮੁੱਖ ਮੰਤਰੀ। ਉਹ ਮੁੱਖ ਮੰਤਰੀ ਦੇ ਮਾਮਲੇ ਤੇ ਉਹਨੇ ਕਹਿਤਾ ਕਿ ਮੁੱਖ ਮੰਤਰੀ ਅਸੀਂ ਬਾਅਦ ਚ ਕਰਾਂਗੇ ਫੈਸਲਾ, ਇਹਦਾ ਕੋਈ ਗੱਲ ਨੀ, ਅਸੀਂ ਕਿਸੇ ਨੂੰ ਚਿਹਰਾ ਨੀ ਬਣਾ ਕੇ ਲੜਦੇ। ਇਹ ਗੱਲ ਖੜਗੇ ਨੇ ਕਹਿਤੀ, ਉਹਨੇ ਕਹਿਤਾ ਜੀ ਕੋਈ ਗੱਲ ਨੀ, ਮੈਂ 25 ਤਾਰੀਖ ਤੋਂ ਤੁਹਾਡੇ ਨਾਲ ਕੰਪੇਨ ਤੇ ਆਉਣੀ ਹੈ, ਹੁਣ ਕੰਪੇਨ ਤੇ 25 ਨੂੰ ਆਊਗੀ ਜੀ। ਔਰ ਉਹਨੇ ਬੀਜੇਪੀ ਨੂੰ ਇੱਕ ਸੁਨੇਹਾ ਦਿੱਤਾ ਹੈ ਹਾਂਜੀ, ਉਹ ਕਹਿੰਦੇ ਵੀ ਉਹ ਲੋਕ ਭੁੱਲ ਜਾਣ ਜਿਹੜੇ ਚਾਹੁੰਦੇ ਆ ਕਿ ਮੈਂ ਉਹਨਾਂ ਦੀ ਪਾਰਟੀ ਜਾਊਂਗੀ,
ਕਹਿੰਦੀ ਵੀ ਮੈਂ ਕਾਂਗਰਸ ਪਰਿਵਾਰ ਚ ਜੰਮੀ ਵੀ ਹਾਂ ਤੇ ਮਰਨ ਵੇਲੇ ਵੀ ਮੈਂ ਕਾਂਗਰਸ ਦੇ ਤਿਰੰਗੇ ਝੰਡੇ ਚ ਹੀ ਲਪੇਟੀ ਹੋਈ ਜਾਊਂਗੀ, ਇਸੇ ਝੰਡੇ ਦੇ ਵਿੱਚ ਹੀ ਮੈਂ ਦੁਨੀਆਂ ਨੂੰ ਅਲਵਿਦਾ ਕਹੂੰਗੀ। ਤੇ ਤੁਸੀਂ ਕਹਿੰਦੇ ਵੀ ਆਪਦਾ ਆਪਦਾ ਆਰਾਮ ਨਾਲ ਆਪਦਾ ਕੰਮ ਕਰੋ, ਇਹ ਵੱਖਰੀ ਗੱਲ ਹੈ ਕਿ ਜਿਹੜਾ ਨੁਕਸਾਨ ਹੋ ਗਿਆ ਉਹ ਨੁਕਸਾਨ ਨੂੰ ਉਹ ਕਵਰ ਅਪ ਕਰਦੇ ਕਿ ਨਹੀਂ ਕਰਦੇ, ਲੇਕਿਨ ਦੋ ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਉਹ ਕੰਪੇਨ ਚ ਆਜੂਗੀ। ਔਰ ਨਾ ਉਹਨੇ ਜਾਣਾ ਸੀ, ਉਹਨੂੰ ਪਤਾ ਇਸ ਗੱਲ ਦਾ ਕਿ ਮੈਂ ਜਦ ਪਾਰਲੀਮੈਂਟ ਦੀ ਮੈਂਬਰ ਹਾਂ ਬੀਜੇਪੀ ਚ ਆਊਂਗੀ ਤਾਂ ਅਸਤੀਫਾ ਦੇਣਾ ਪਊਗਾ, ਹਾਂਜੀ, ਡਿਸਕੁਆਲੀਫਾਈ ਹੋ ਜਾਊਂਗੀ ਬਾਅਦ ਦੇ ਵਿੱਚ। ਫਿਰ ਤੁਹਾਨੂੰ ਪਤਾ ਵੀ ਇੱਕ ਵਾਰੀ ਜਿਹੜਾ ਬੰਦਾ ਲੀਹ ਤੋਂ ਲੈ ਗਿਆ ਫਿਰ ਜਿੱਤੇ ਨਾ ਜਿੱਤੇ ਨਾ ਜਿੱਤੇ ਤਾਂ ਫਿਲਮ ਵਾਲੀ ਗੱਲ ਸੀ। ਫਿਲਮੀ ਜਿਵੇਂ ਆਪਣੇ ਵੇਲੇ ਨਾ ਸਾਡੇ ਵੇਲੇ ਤਾਂ ਹੁਣ ਤਾਂ ਨਵੇਂ ਮੁੰਡਿਆਂ ਤਾਂ ਪਤਾ ਹੀ ਨਹੀਂ ਵੀ ਫਿਲਮ ਦੀ ਟਿਕਟ ਹੀ ਕਿਉਂ ਕਹਿੰਦੇ, ਜਿਹੜਾ ਫਿਲਮ ਦੀ ਲੈਣ ਟਿਕਟ ਖਿੜਕੀ ਦੀ ਲੈਣ 'ਚੋਂ ਬਾਹਰ ਗਿਆ ਉਹ ਸਕਾ ਵੀ ਨਹੀਂ ਉਹਨੂੰ ਨਾਲ ਲੱਗਣ ਦਿੰਦਾ ਵੀ ਕਿਤੇ ਮੇਰੇ ਵੇਲੇ ਕਹਿ ਦੇਣ ਵੀ ਹਾਊਸਫੁੱਲ ਆ, ਬਿਲਕੁਲ ਹਾਊਸਫੁੱਲ ਹੋ ਜਾਂਦਾ ਨਾ ਫਿਰ। ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਸਭ ਮਿਹਰਬਾਨੀ ਜੀ।